ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਪਿਛਲੇ ਪਹਿਰ ਦੇ ਸਮੇਂ ਸਤਿਗੁਰਾਂ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਦਰਸ਼ਨ ਦੀਦਾਰੇ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਾਹਿਬਾਂ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਵੱਡੇ ਤੜਕੇ ਤੋਂ ਸਤਿਗੁਰਾਂ ਦੇ ਹਜ਼ੂਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ 'ਚ ਅੰਮ੍ਰਿਤਮਈ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ, ਕਥਾ ਵਿਚਾਰਾਂ, ਹਰ ਜਸ ਸਿੱਖ ਸੰਗਤਾਂ ਸਰਵਣ ਕਰ ਰਹੀਆਂ ਨੇ। ਪਿਛਲੇ ਪਹਿਰ ਦੇ ਦੀਵਾਨਾਂ ਦੇ ਵਿੱਚ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜੋ ਪਿਛਲੇ ਸਮੇਂ 'ਚ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਉਤੰਗ ਰਿਖੀ ਦੀ ਭਗਤੀ ਤੋਂ ਪ੍ਰਸੰਨ ਹੋ ਕਰਕੇ ਜਿਵੇਂ ਪਰਮੇਸ਼ਰ ਨੇ ਉਹਦੇ ਰਾਹੀਂ ਅਨੇਕਾਂ ਸਾਧੂ ਸੰਤਾਂ ਭਗਤਾਂ ਦੀ ਰੱਖਿਆ ਕੀਤੀ, ਮਦ ਕੈਟ ਵਦੈਤ ਦੇ ਪੁੱਤਰ ਧੁੰਦੂ ਨੂੰ ਜਿਵੇਂ ਪਰਮੇਸ਼ਰ ਨੇ ਇੱਕ ਛੋਟੇ ਜਿਹੇ ਰਾਜੇ ਦੇ ਕੋਲ ਮਰਵਾਉਣਾ ਕੀਤਾ, ਇਹ ਗੁਰੂ ਹਰਿ ਸਾਹਿਬ ਨੇ ਕੀਰਤਪੁਰ ਸਾਹਿਬ ਸਿੱਖਾਂ ਨੂੰ ਸੰਖੇਪ ਰੂਪ ਦੇ ਵਿੱਚ ਇੱਕ ਉਦਾਹਰਣ ਦੇ ਕੇ ਸਮਝਾਇਆ ਕਿ ਮਾਲਕ ਆਪਣੇ ਪਿਆਰਿਆਂ ਦੀ ਇਵੇਂ ਰੱਖਿਆ ਕਰਦਾ ਸੰਤਾਂ ਭਗਤਾਂ ਦੀ। ਉਹ ਫਿਰ ਸਾਖੀ ਜਿਹੜੀ ਗੁਰੂ ਸਾਹਿਬ ਨੇ ਸੰਖੇਪ ਰੂਪ ਵਿੱਚ ਕਹੀ ਸੀ ਸਮਝਾਉਣ ਮਾਤਰ, ਕਵੀ ਸੰਤੋਖ ਸਿੰਘ ਜੀ ਗਿਆਨਵਾਨ ਉਹਨਾਂ ਨੇ ਉਹ ਗ੍ਰੰਥ ਪੜ੍ਹੇ ਸਨ, ਅਤੇ ਇਸ ਕਰਕੇ ਗੁਰੂ ਸਾਹਿਬ ਦਾ ਕਿਹਾ ਹੋਇਆ ਬਚਨ ਗੁਰਾਂ ਨੇ ਤਾਂ ਬਸ ਉਹ ਭਗਤ ਦੀ ਰੱਖਿਆ ਕਰਨ ਦਾ ਬਚਨ ਕੀਤਾ, ਦੈਂਤ ਨੂੰ ਮਾਰ ਕੇ ਰਾਜੇ ਦੇ ਵਿੱਚ ਬੈਠ ਕੇ। ਪਰ ਕਵੀ ਜੀ ਨੇ ਉਹ ਸਾਰੀ ਫਿਰ ਸਾਖੀ ਵਿਸਥਾਰ ਨਾਲ ਹੀ ਲਿਖ ਦਿੱਤੀ ਵੀ ਕਿਵੇਂ ਉਹ ਮਦ ਕੈਟ ਵਦੈਤ ਦਾ ਪੁੱਤਰ ਧੁੰਦੂ ਬੰਦਗੀ ਕਰਕੇ ਅਤੇ ਬਹੁਤ ਵਾਰ ਲੈ ਲਏ, ਫਿਰ ਤੰਗ ਕਰਨ ਲੱਗ ਪਿਆ ਮਹਾਤਮਾ ਨੂੰ, ਦੇਵਤੇ ਹਰਾ ਤੇ ਇੱਕ ਥਾਂ ਸੌਂ ਗਿਆ ਜਿੱਥੇ ਸੁੱਤਾ ਹੈ, ਜਦੋਂ ਸਾਹ ਲੈਂਦਾ ਏ ਉਦੋਂ ਵੀ ਬੜਾ ਲੋਕਾਂ ਦਾ ਨੁਕਸਾਨ ਹੁੰਦਾ, ਇਹਦੇ ਲਾਗੇ ਹੀ ਉਹ ਤੰਗ ਰਿਖੀ ਨੇ ਬੰਦਗੀ ਕੀਤੀ। ਬੰਦਗੀ ਕਰਕੇ ਫਿਰ ਅਤੇ ਲਕਸ਼ਮੀਪਤੀ ਨੂੰ ਪ੍ਰਸੰਨ ਕਰ ਲਿਆ ਆਪਣੇ 'ਤੇ, ਅਤੇ ਉਸ ਵੇਲੇ ਵਿਸ਼ਨੂੰ ਵੱਲੋਂ ਇਹਨੂੰ ਪ੍ਰੇਰਨਾ ਹੋਈ ਵੀ ਇਸ ਦੈਂਤ ਨੂੰ ਮਰਵਾ ਕੇ ਅਤੇ ਸਭ ਸੰਤਾਂ ਭਗਤਾਂ ਦਾ ਭਲਾ ਕਰਨ ਹਿੱਤ ਇਉਂ ਕਰੋ ਵੀ ਮੈਂ ਸਿੱਧਾ ਇਹਨੂੰ ਮਾਰ ਨਹੀਂ ਸਕਦਾ ਕਿਉਂਕਿ ਮੇਰੇ ਵਾਰ ਹੋਏ ਨੇ, ਅਤੇ ਜੋ ਅਯੁੱਧਿਆ ਦਾ ਇਖਵਾਕ ਕੁੱਲ ਹੈ, ਇਖਵਾਕ ਖਾਨਦਾਨ ਹੈ, ਉਹਦੇ ਵਿੱਚ ਰਾਜਾ ਹੈ ਇਸ ਵੇਲੇ ਅਯੁੱਧਿਆਪੁਰੀ ਦੇ ਵਿੱਚ, ਤਾਕਤ ਤਾਂ ਉਂਝ ਵਿਚਾਰੇ 'ਚ ਥੋੜ੍ਹੀ ਜਿਹੀ ਹੋਈ ਹੈ, ਪਰ ਮੇਰੇ ਵੱਲੋਂ ਜਾ ਕੇ ਪ੍ਰੇਰਣਾ ਕਰੋ ਰਿਖੀ ਜੀ ਤੁਸੀਂ, ਮੈਂ ਉਹਦੇ ਸਰੀਰ ਵਿੱਚ ਬੈਠ ਕੇ ਉਸ ਦੈਂਤ ਨੂੰ ਮਾਰਾਂਗਾ। ਇਵੇਂ ਫਿਰ ਰਿਖੀ ਉਹ ਆਕਾਸ਼ਬਾਣੀ ਦੇ ਬਚਨ ਸੁਣ ਕੇ ਦਰਸ਼ਨ ਕਰਕੇ ਵਿਸ਼ਨੂੰ ਦੇ ਦੁਆਰਕਾਪੁਰੀ ਆ ਕੇ ਵਾਹਿਗੁਰੂ ਅਯੁੱਧਿਆ ਆ ਗਿਆ। ਉੱਥੇ ਰਾਜੇ ਨੂੰ ਮਿਲਿਆ, ਉਹਨੂੰ ਸਾਰੀ ਗੱਲ ਸਮਝਾਈ ਵੀ ਤੈਨੂੰ ਬੜਾ ਵੱਡਾ ਜਸ ਪ੍ਰਾਪਤ ਹੋਊਗਾ, ਦੈਂਤ ਹੈ ਤਾਂ ਤੇਰੇ ਤੋਂ ਤਾਕਤ ਵਿੱਚ ਬਹੁਤ ਜ਼ਿਆਦਾ ਵੱਡਾ ਧੁੰਦੂ ਦੈਂਤ, ਤੇਰੀ ਤਾਕਤ ਤਾਂ ਥੋੜ੍ਹੀ ਪਰ ਚਿੰਤਾ ਨਾ ਕਰੀ, ਤੇਰਾ ਪਰਮੇਸ਼ੁਰ ਸਹਾਈ ਹੋਊਗਾ, ਜੇ ਉੱਦਮ ਕਰੇਗਾ ਛਤਰੀ ਧਰਮ ਹੈ ਤੇਰਾ ਉਹਨੂੰ ਮਾਰੇਗਾ ਤਾਂ ਤੇਰਾ ਜਸ ਰਹੇਗਾ ਸੰਸਾਰ ਵਿੱਚ ਸਦਾ। ਇਸ ਉਤੰਕ ਰਿਖੀ ਮਹਾਤਮਾ ਦੀ ਪ੍ਰੇਰਣਾ ਸੁਣ ਕੇ ਝਾਟੀ ਰਾਜਾ ਤਿਆਰ ਹੋਇਆ, 21,000 ਪੁੱਤਰ, ਹੋਰ ਬਾਕੀ ਫੌਜ, ਇੱਕ ਕੂਹਣੀ ਜਿਹਦੀ ਗਿਣਤੀ ਆਈ ਹੈ, ਇੱਕ ਕੂਹਣੀ ਜਿਵੇਂ ਬਹੁਤ ਵੱਡਾ ਖੂਹ ਇੱਕ ਰਸਤੇ ਦੇ ਸਤ ਸੰਗਤ ਪਾਸੇ ਦੇ ਪੁੱਟਿਆ ਹੋਵੇ,
ਉੱਥੋਂ ਤੁਰ ਕੇ ਫੌਜ ਲੰਘੇ, ਭਾਵੇਂ ਉਹ ਹਾਥੀਆਂ ਵਾਲੀ ਹੈ, ਭਾਵੇਂ ਗੱਡਿਆਂ ਦੀ, ਪੈਦਲ ਘੋੜ ਸਵਾਰ, ਉਹਨਾਂ ਦੇ ਜਾਣ ਨਾਲ ਜਿਹੜਾ ਘੱਟਾ ਉੱਡੇ, ਘੱਟਾ ਉੱਡਦਿਆਂ ਉੱਡਦਿਆਂ ਜੇ ਖੂਹ ਪੂਰਾ ਹੋ ਜਾਵੇ, ਫਿਰ ਗਿਣਤੀ ਮੰਨਦੇ ਵੀ ਇੱਕ ਕੂਹਣੀ ਫੌਜ ਹੈ। ਭਾਵ ਬੇਅੰਤ ਤੋਂ ਭਾਵ ਹੈ ਵੀ ਬਹੁਤੀ ਫੌਜ ਲੈ ਕੇ ਰਾਜਾ ਪਹੁੰਚਿਆ ਜਿੱਥੇ ਉਹ ਧੁੰਦੂ ਦੈਂਤ ਸੁੱਤਾ ਪਿਆ ਸੀ ਸਮੁੰਦਰ ਦੇ ਕੰਢੇ। ਕਈ ਯੋਜਨ ਬਰੇਤੀ ਦੇ ਵਿੱਚ ਉਹਦਾ ਸਰੀਰ ਜਿਹੜਾ ਹੈ ਉਹ ਦੱਬਿਆ ਹੋਇਆ ਟਿੱਬਿਆਂ 'ਚ, ਬਹੁਤੇ ਮਨੁੱਖ ਲਾਏ ਨੇ। 7 ਦਿਨ ਤੀਕਰ ਪਟਾਈ ਕਰਦੇ ਰਹੇ ਹਨ ਅਤੇ 7 ਦਿਨਾਂ ਬਾਅਦ ਜਦੋਂ ਫਿਰ ਇਹਦੇ ਨੇੜੇ ਪਹੁੰਚੇ ਨੇ ਅਤੇ ਇਹਨੇ ਅੰਗੜਾਈ ਜੀ ਲਈ, ਸਾਹ ਹੀ ਲਿਆ ਤਾਂ ਕਈ ਸਾਹ ਦੇ ਵਿੱਚ ਹੀ ਕਹਿੰਦੇ ਉੱਡ ਕੇ ਦੀ ਫੌਜ ਦੇ ਸਿਪਾਹੀ ਦੂਰ ਜੰਗਲਾਂ ਦੇ ਵਿੱਚ ਜਾ ਕੇ ਡਿੱਗ ਪਏ। ਬੜਾ ਕੁਲਾਹਲ ਮੱਚ ਗਿਆ, ਸਾਰੇ ਭਿਆਨਕ ਦੈਂਤ ਵੇਖ ਕਰਕੇ ਘਾਬਰ ਗਏ ਅਤੇ ਵੱਡੇ ਸਰੀਰ ਵਾਲਾ ਦੈਂਤ ਵੀ ਸਾਵਧਾਨ ਹੋਇਆ ਜਦੋਂ ਇਹਨੂੰ ਛੇੜਿਆ ਗਿਆ ਵੀ ਮੈਨੂੰ ਕੌਣ ਛੇੜਖਾਨੀ ਕਰ ਰਿਹਾ। ਇੱਥੋਂ ਤੀਕਰ ਪ੍ਰਸੰਗ ਆਪ ਜੀ ਨੇ ਪਿਛਲੇ ਸਮੇਂ 'ਚ ਸਰਵਣ ਕੀਤੇ ਨੇ ਅਤੇ ਇਹ ਤੋਂ ਅੱਗੇ ਜਿਵੇਂ ਅਯੁੱਧਿਆਪੁਰੀ ਦੇ ਇਖਵਾਖ ਕੁੱਲ ਦੇ ਵਿੱਚੋਂ ਜਿਹੜਾ ਧੁੰਦੂ ਮਾਰ ਰਾਜਾ, ਧੁੰਦ ਮਾਰ ਨਾਮ ਹੀ ਇਹਦਾ ਫਿਰ ਪ੍ਰਗਟ ਹੋ ਗਿਆ ਸੀ, ਧੁੰਦ ਮਾਰ ਰਾਜੇ ਨੇ ਜਿਵੇਂ ਧੁੰਦੂ ਦੈਂਤ ਨੂੰ ਮਾਰਿਆ, ਜਿਵੇਂ ਇਹਨੇ ਰਾਜੇ ਦੇ ਪੁੱਤਰ ਮਾਰ ਦਿੱਤੇ, ਬਹੁਤੀ ਫੌਜ ਦਾ ਨੁਕਸਾਨ ਕੀਤਾ ਅਤੇ ਜੋ ਗੁਰੂ ਸਾਹਿਬ ਨੇ ਕਿਹਾ ਸੀ ਪਰਮੇਸ਼ੁਰ ਭਗਤਾਂ ਦੀ ਰੱਖਿਆ ਕਰਦਾ, ਉਹ ਸਾਹੀ ਦਾ ਵਿਸਾਰ ਜਿਵੇਂ ਕਵੀ ਜੀ ਨੇ ਇੱਥੇ ਦਿੱਤਾ ਹੈ। ਸਰਵਣ ਕਰਨ ਹਿੱਤ ਆਓ ਮਹਾਰਾਜ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਰੀਏ, ਰਸਨਾ ਕਰੋ ਪਵਿੱਤਰ, ਸਾਰੀ ਸੰਗਤ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਸੁਣਤ ਕੁਲਾਹਲ ਕਰਨ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਧੁੰਦ ਮਾਰ ਰਾਜਾ ਅਯੁੱਧਿਆਪੁਰੀ ਦਾ ਆਪਣੀ ਫੌਜ ਲੈ ਕਰਕੇ ਪਹੁੰਚਿਆ ਹੈ, ਜਦੋਂ ਉਸ ਰਾਕਸ਼ਸ ਨੂੰ, ਉਸ ਦੈਂਤ ਨੂੰ ਉਹਦੇ ਸਰੀਰ 'ਤੇ ਜੰਮੀ ਹੋਈ ਮਿੱਟੀ ਹਟਾ ਕਰਕੇ ਵੀ ਮਿੱਟੀ ਲਾਂਭੇ ਕਰੋ, ਫਿਰ ਆਪਾਂ ਇਹਨੂੰ ਮਾਰਾਂਗੇ, ਫਿਰ ਇਹਦਾ ਅੰਤ ਕਰਾਂਗੇ, ਤਾਂ ਇਸ ਭਾਵਨਾ ਨਾਲ ਜਦੋਂ ਮਿੱਟੀ ਸਾਰੀ ਉੱਤਰ ਗਈ ਤਾਂ ਇਹਦੇ ਸਵਾਸ ਲੈਣ ਨਾਲ ਹੀ ਕਈ ਹਵਾ 'ਚ ਉੱਡ ਗਏ। ਉੱਠਿਆ ਦੈਂਤ, ਇਹਨੇ ਬਹੁਤ ਸਾਰੀ ਦੂਰ ਤੀਕਰ ਫੌਜ ਵੇਖੀ, ਸਾਰੀ ਫੌਜ ਨੇ ਜਦੋਂ ਬਹੁਤ ਵੱਡੇ ਸਰੀਰ ਦਾ ਦੈਂਤ ਵੇਖਿਆ, ਰੌਲਾ ਮੱਚ ਗਿਆ ਐਸਾ ਕਿ ਵੱਡੇ ਸਰੀਰ ਦਾ ਦੈਂਤ ਸਾਵਧਾਨ ਹੋਇਆ। ਸੁਣਤ ਕੁਲਾਹਲ ਕਰਨ ਮੈਂ, ਜਦੋਂ ਬਹੁਤਾ ਫੌਜ ਦਾ ਪੈਂਦਾ ਹੋਇਆ ਕੁਲਾਹਲ ਰੌਲਾ ਰੱਪਾ ਕੰਨਾਂ ਵਿੱਚ ਸੁਣਿਆ, ਜਿਹੜਾ ਕੁੰਭਕਰਨ ਵਾਂਗ ਸੁੱਤਾ ਹੀ ਸੀ ਬੜੇ ਲੰਮੇ ਸਮੇਂ ਦਾ, ਉਹ ਦੈਂਤ ਧੁੰਦੂ ਮਦ ਕੈਟਪ ਦਾ ਪੁੱਤਰ ਉਸ ਵੇਲੇ ਸੁਚੇਤ ਹੋਇਆ ਜਾਗਿਆ ਹੈ। ਐਡਾ ਵੱਡਾ ਉੱਚਾ ਸਰੀਰ ਹੈ ਇਹਦਾ, ਕਵੀ ਜੀ ਕਹਿੰਦੇ ਵੀ ਜਿਵੇਂ ਬਹੁਤ ਵੱਡਾ ਪਹਾੜ ਹੋਵੇ, ਪਹਾੜ ਵੀ ਪਹਾੜਾਂ 'ਚੋਂ ਸਭ ਤੋਂ ਉੱਚੀ ਚੋਟੀ ਹੋਵੇ। ਸੈਲ ਸਸਰਿੰਗ ਉਤੰਗ ਜਿਹਾ, ਜਿਵੇਂ ਸਭ ਪਹਾੜਾਂ ਦੇ ਵਿੱਚੋਂ ਉੱਚੀ ਚੋਟੀ ਵਾਲਾ ਕੋਈ ਪਹਾੜ ਹੋਵੇ, ਤੇ ਜਾਂ ਮਾਨੋ ਵੀ ਇੰਨਾ ਉੱਚਾ ਹੈ ਦੈਂਤ ਧੁੰਦੂ ਵੀ ਸਾਰੀ ਧਰਤੀ ਦਾ ਝੰਡਾ ਹੀ ਲਾਇਆ ਹੋਵੇ, ਏਡਾ ਵੱਡਾ ਇਹਦਾ ਸਰੀਰ ਦਾ ਆਕਾਰ ਹੈ ਦੇਹ ਦਾ। ਇਸ ਤਰ੍ਹਾਂ ਰੌਲਾ ਰੱਪਾ ਸੁਣ ਕੇ ਬਹੁਤੀ ਫੌਜ ਆਈ ਵੇਖ ਕੇ ਧੁੰਦੂ ਦੈਂਤ ਇਕਦਮ ਸਾਵਧਾਨ ਹੋ ਕੇ ਖਲੋ ਗਿਆ। ਜਿਹੜਾ ਦੈਂਤ ਬੜੇ ਉਤਸ਼ਾਹ ਵਾਲਾ, ਬਹੁਤ ਹੀ ਕਹਿੰਦੇ ਵੀ ਪਰਾਕ੍ਰਮ ਕਹਿੰਦੇ ਨੇ, ਅੱਗੇ ਵੱਧ ਕੇ ਆਪਣੀ ਤਾਕਤ ਵਿਖਾਉਣ ਵਾਲਾ ਬਹੁਤ ਬਲੀ ਸੁਰਜੈਤ, ਜਿਹਨੇ 33 ਕਰੋੜ ਦੇਵਤੇ ਜਿੱਤੇ ਹਨ, ਸਭ ਦੇਵਤਿਆਂ ਨੂੰ ਜਿੱਤਣ ਵਾਲਾ ਦੈਂਤ ਜੋ ਖਲੋ ਗਿਆ, ਤੇ ਉਧਰ ਜੋ ਅਯੁੱਧਿਆਪੁਰੀ ਦਾ ਰਾਜਾ ਧੁੰਦ ਮਾਰ ਹੈ, ਉਹ ਵੀ ਦੈਂਤ ਨੂੰ ਮਾਰਨ ਵਾਸਤੇ ਆਪਣੇ ਰੱਥ ਦੇ ਵਿੱਚ ਅਸਵਾਰ ਤਿਆਰ ਬੁਰ ਤਿਆਰ ਹੋਇਆ ਖਲੋਤਾ ਏ।
ਜਿਹੜਾ ਜੱਗ ਨੂੰ ਕੰਡੇ ਵਾਂਗ ਚੁੱਭ ਰਿਹਾ ਦੈਂਤ ਹੈ, ਜਿਹੜਾ ਸਾਧੂ ਮਹਾਤਮਾ ਸੰਤਾਂ ਭਗਤਾਂ ਨੂੰ ਦੁਖੀ ਕਰਦਾ, ਉਸ ਧੁੰਦੂ ਦੈਂਤ ਨੂੰ ਮਾਰ ਕੇ ਅਤੇ ਦੁੱਖ ਦੂਰ ਕਰਨਾ ਚਾਹੁੰਦਾ ਹੈ। ਸਾਰੇ ਦੁੱਖ ਸਾਰੇ ਸੰਸਾਰ ਦੇ ਸੰਤਾਂ ਭਗਤਾਂ ਦੇ ਦੁੱਖ ਕੱਟਣਾ ਚਾਹੁੰਦਾ ਹੈ। ਅਯੁੱਧਿਆ ਦਾ ਰਾਜਾ ਆਪਣੇ 21,000 ਪੁੱਤਰਾਂ ਦੇ ਸਮੇਤ ਸਮੂਹ ਜਿੰਨੀ ਵੀ ਇਹਦੀ ਫੌਜ ਹੈ ਇੱਕ ਕੂਣੀ ਉਹ ਲੈ ਕਰਕੇ ਬਹੁਤ ਹੀ ਤਰ੍ਹਾਂ ਦੇ ਸ਼ਸਤਰ ਵੀ ਧਾਰੇ ਨੇ ਤੇ ਅਸਤਰ ਵੀ ਧਾਰੇ ਨੇ। ਜਿਹੜੇ ਹੱਥ ਵਿੱਚ ਫੜਿਆ ਹੀ ਮਾਰੀ ਜਾਈਏ ਉਹ ਸ਼ਸਤਰ ਹੁੰਦੇ ਨੇ, ਜਿਹੜੇ ਹੱਥੋਂ ਛੱਡ ਕੇ ਮਾਰੇ ਜਾਣ ਉਹ ਅਸਤਰ ਹੁੰਦੇ ਹਨ। ਅਤੇ ਇਸ ਤਰ੍ਹਾਂ ਸ਼ਸਤਰ ਅਸਤਰ ਸਰੀਰ 'ਤੇ ਧਾਰਨ ਕੀਤੇ ਹਨ। ਆਕਾਂਖਾ ਇੱਛਾ ਕੀ ਹੈ ਵੀ ਇਸ ਧੁੰਦੂ ਦੈਂਤ ਨੂੰ ਮਾਰ ਕੇ ਪਰਮੇਸ਼ੁਰ ਦੀਆਂ ਸੰਤਾਂ ਭਗਤਾਂ ਦੀਆਂ ਖੁਸ਼ੀਆਂ ਲਈਏ। ਰਾਜੇ ਨੇ ਹੁਕਮ ਕਰਕੇ ਇਕਦਮ ਹੀ ਦੈਂਤ ਦਾ ਸਰੀਰ ਵੇਖ ਕੇ ਹੁਕਮ ਕੀਤਾ ਵੀ ਇਹ 'ਤੇ ਹਮਲਾ ਕਰੋ ਅਤੇ ਬੜੀ ਤੇਜ਼ੀ ਦੇ ਨਾਲ ਸ਼ੋਰਨ ਕਰੇ ਮਹਾਂ ਖਰ ਬਾਣ ਵੱਡੇ ਵੱਡੇ ਚੌੜੇ ਅਤੇ ਬਹੁਤ ਤਿੱਖੇ ਬਾਣ ਦੈਂਤ ਦੇ ਸਰੀਰ 'ਤੇ ਮਾਰੇ। ਬਦਨ ਮੁਸਕਾਇਆ ਦੇਖਤ ਧੁੰਦ ਬਦਨ ਮੁਸਕਾਇਆ ਦੈਂਤ ਜਦੋਂ ਵੇਖਦਾ ਹੈ ਨਾ, ਜਦੋਂ ਇਸ ਅਯੁੱਧਿਆ ਦੇ ਰਾਜੇ ਦੀ ਫੌਜ ਨੇ ਇਹਦੇ ਕਹਿਣ ਦੇ ਤੀਰ ਚਲਾਏ ਅਤੇ ਸਾਧ ਸੰਗਤ ਹੁਣ ਹੈ ਬੜਾ ਵੱਡਾ ਸੀ, ਉਹ ਦੇਖਦ ਧੁੰਦ ਧੁੰਦ ਦੈਂਤ ਵੇਖ ਕੇ ਬਦਨ ਮੁਸਕਾਨੇ ਹੋ ਵੇਖ ਕੇ ਹੱਸਣ ਲੱਗ ਪਿਆ, ਮੁਸਕਰਾ ਕੇ ਕਹਿਣ ਲੱਗਾ ਬੜਾ ਦਾਰਨ ਬੜਾ ਹੀ ਭਿਆਨਕ ਜਿਹਾ ਸਰੂਪ ਬਣਾ ਕੇ ਕਰੜਾ ਜਿਹਾ ਵਾਕ ਕੀਤਾ ਏ। ਕਹਿੰਦੇ ਰੇ ਅਰੇ ਰਾਜੇ ਹੇ ਤੂੰ ਕੌਣ ਹੈ, ਤੈਨੂੰ ਪਤਾ ਨੀ ਮੇਰੇ ਬਾਰੇ, ਬੜੀ ਫੌਜ ਲੈ ਕੇ ਆਇਆ ਤੀਰ ਚਲਾ ਰਿਹਾ, ਮੇਰੇ ਪਰਾਕਰਮ ਦੇ ਬਾਰੇ ਨੀ ਤੂੰ ਲੱਗਦਾ ਜਾਣਦਾ। ਦੈਂਤ ਰਾਜੇ ਨੂੰ ਕਹਿੰਦਾ ਤੈਨੂੰ ਮੇਰੀ ਤਾਕਤ ਦਾ ਮੇਰੇ ਬਲ ਦਾ ਨੀ ਪਤਾ, ਇਸ ਗੱਲ ਦੀ ਸਮਝ ਹੀ ਨਹੀਂ ਆ ਵੀ ਮੇਰੇ ਵਿੱਚ ਕਿੰਨੀ ਤਾਕਤ ਹੈ। ਤੂੰ ਕਿੱਡਾ ਕੁ ਵੱਡਾ ਰਾਜਾ, ਦੈਂਤ ਕਹਿੰਦਾ ਇੱਕ ਬੁਰਕੀ ਵੀ ਨਹੀਂ ਆ ਮੇਰੀ, ਤੂੰ ਇੱਕ ਬੁਰਕੀ 'ਚ ਲੰਘਾ ਜਾਗਾ ਤੈਨੂੰ ਆਪਣੇ ਅੰਦਰ। ਉਹ ਵੱਡਾ ਮੂਰਖ ਹੈ ਤੂੰ, ਐਡਾ ਵੱਡਾ ਮੇਰਾ ਸਰੀਰ ਮੇਰੇ 'ਚ ਬਲ ਹੈ ਅਤੇ ਮੂਰਖਾ ਕਾਹਤੋਂ ਮਰਨ ਵਾਸਤੇ ਤੂੰ ਮੇਰੇ ਸਾਹਮਣੇ ਆ ਕੇ ਖਲੋ ਗਿਆ। ਧੁੰਦੂ ਦੈਂਤ ਨੇ ਇਸ ਧੁੰਦ ਮਾਰ ਰਾਜੇ ਅਯੁੱਧਿਆਪੁਰੀ ਦੇ ਨੂੰ ਲਲਕਾਰਿਆ, ਕਹਿੰਦਾ ਰਾਜਨ ਤੂੰ ਤਾਂ ਮੇਰੀ ਇੱਕ ਬੁਰਕੀ ਨਹੀਂ, ਜਾੜਾਂ ਥੱਲੇ ਹੀ ਫਸ ਜਾਣਾ ਏ, ਤੇਰੇ ਵਰਗਾ ਵੱਡਾ ਮੂਰਖ ਕੋਈ ਹੈ ਹੀ ਨਹੀਂ ਹੈ ਕਿ ਆਹ ਵੀ ਮਰਨ ਵਾਸਤੇ ਆ ਖੜਾ ਮੇਰੇ ਅੱਗੇ। ਸੁਪਤ ਸ਼ੇਰ ਕਿਉਂ ਆਨ ਜਗਾਵਾ, ਕਹਿੰਦੇ ਵੀ ਮੈਂ ਤਾਂ ਸੁੱਤਾ ਹੀ ਸੀ ਅਤੇ ਸੁੱਤੇ ਹੋਏ ਮੈਨੂੰ ਬੱਬਰ ਸ਼ੇਰ ਨੂੰ ਤੂੰ ਕਾਹਤੋਂ ਆਣ ਕੇ ਜਗਾਇਆ ਛੇੜਿਆ ਹੈ। ਕਟਕ ਮੈਂ ਸਗਰੋ ਸੁਰ ਕਟਕ ਪਲਾਵਾ, ਤੇਰੀ ਫੌਜ ਕੀ ਹੈ ਮੇਰੇ ਅੱਗੇ, ਮੈਂ ਤਾਂ 33 ਕਰੋੜ ਦੇਵਤਿਆਂ ਦੀਆਂ ਫੌਜਾਂ ਦੀਆਂ ਪੁਛਾਂ ਚੁਕਾ ਦੀਆਂ, ਸਭ ਨੱਸ ਗਏ ਮੇਰੇ ਅੱਗੇ। ਤੇ ਇਸ ਕਰਕੇ ਜਦੋਂ ਸੁਰ ਦੇਵਤੇ ਨੀ ਮੇਰੇ ਅੱਗੇ ਅੜੇ, ਕੌਣ ਹਟ ਕੇ ਉਹ ਮੋਹੇ ਅਗਾਰੀ, ਕੋਈ ਵੱਡੇ ਤੋਂ ਵੱਡਾ ਜਿਹੜਾ ਦੇਵਤਾ ਹੈ ਵੱਡੇ ਤੋਂ ਵੱਡਾ ਬਲੀ ਹੈ। ਦੈਂਤ ਕਹਿੰਦਾ ਮੇਰੇ ਬਲ ਅੱਗੇ ਮੇਰੀ ਤਾਕਤ ਅੱਗੇ ਕੋਈ ਅੜ ਨਹੀਂ ਸਕਿਆ, ਕੋਈ ਮੇਰੇ ਨਾਲ ਸੰਘਰਸ਼ ਹੀ ਨਹੀਂ ਕਰ ਸਕਿਆ। ਤਿੰਨਾਂ ਲੋਕਾਂ ਦੇ ਵਿੱਚ ਮੇਰਾ ਭਾਰੀ ਡਰ ਹੈ, ਤੈਨੂੰ ਪਤਾ ਨਹੀਂ ਕਿਉਂ ਨਹੀਂ ਮੇਰੇ ਬਾਰੇ ਪਤਾ ਲੱਗਾ, ਤਿੰਨਾਂ ਲੋਕਾਂ ਵਿੱਚ ਸਭ ਡਰਦੇ ਹਨ ਮੇਰੇ ਤੋਂ। ਹਾਂ ਇਸ ਤਰ੍ਹਾਂ ਰਾਜੇ ਨੂੰ ਦੈਂਤ ਕਹਿੰਦਾ ਵੀ ਪਤਾ ਨਹੀਂ ਤੂੰ ਕੀ ਗੱਲ ਹੈ ਵੀ ਮੇਰੇ ਬਾਰੇ ਜਾਣ ਹੀ ਨਹੀਂ ਸਕਿਆ, ਮੇਰੀ ਤਾਕਤ ਦਾ ਤੈਨੂੰ ਕਿਉਂ ਨਹੀਂ ਪਤਾ ਲੱਗਾ, ਦੇਵਤੇ ਭਜਾ ਛੱਡੇ, ਤਿੰਨਾਂ ਲੋਕਾਂ ਦੇ ਤਿੰਨਾਂ ਭਵਨਾਂ ਦੇ ਲੋਕ ਮੇਰੇ ਤੋਂ ਡਰਦੇ ਹਨ, ਤੈਨੂੰ ਕਿਉਂ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ ਹੈ। ਬਸ ਹੁਣ ਤਾਂ ਤੂੰ ਜਮਾਂ ਦੇ ਮੌਤ ਦੇ ਮੂੰਹ ਚ ਆਪ ਹੀ ਆ ਕੇ ਪਿਆ, ਜਿਹੜਾ ਮੈਨੂੰ ਸੁੱਤੇ ਨੂੰ ਛੇੜਿਆ ਆ ਕੇ। ਬੜੇ ਵੱਡੇ ਆਕਾਰ ਦੇ ਦੈਂਤ ਨੇ ਬਚਨ ਤਾਂ ਬੜੇ ਭਿਆਨਕ ਕਹੇ,
पर उतंक रिखी दे प्रेरे होए उस राजे ने दियां गल्लां सुन के धीरज नहीं हारी कंबिया नहीं डोलिया नहीं है। कहन लगा ओ दैद तुंदू जे मेरे च बल थोड़ा भी है ना तेरी निगाह च है भी मेरे च बल नहीं है मेरे च ताकत बहुत ही नहीं है ते जे मैं घट भी ताकत रखदा हाँ पर फिर भी मेरा क्षत्रियां दा धर्म है क्षत्रियां दा धर्म यही है भी दुखियां दी मदद करनी लोड़वंदा नहीं लड़ मरना ते मैं ताकत विच भावें तेरे तो घट होवां पर तेरे दुख संताप तो दुनिया नू बचावांगा क्योंकि मेरा धर्म क्षत्रियां दा है। बड़ा घोर भयानक तेरे नाल जंग युद्ध करांगा मैदान अंदर सो कहिंदा भी दैव अधीन हार अरजीत बाकी जिहड़ी जित किहदी होएगी हार किहदी होएगी इह ते कहिंदा भी रब दे वस है देवते दैव अधीन जिहड़ा सब देवतियां दा दैव रूप है उस मालक दे हस वस है भी मेरी हार होगी जां मेरी जित होएगी तेरे कहण नाल कुछ नहीं होना इस तरह अगो राजे ने दैत नूं जवाब दिता ते बड़ा क्रोध चित विच धारण कीता अपनी फौज नूं हुकम दिता भी इस दैत दे उत्ते शस्त्रां दे नाल वार करो उस वेले तिखे तीर छुट्टण लग पए बहुते तीर राजे दी फौज ने चलाए पर दैत दा एडा वड्डा शरीर सी उहदे विच ही लीन होंदे जांदे उहदे शरीर दे विच ही किते वड़दे जांदे सब तीर जिहड़े राजे दे 21,000 पुत्तर हन उह सब तों अगे हो करके इहनां ने अग्गेयों दैत नूं घेरा पा लिया वड्डे वड्डे शस्त्र इक्के वार चलाए ने दैत धुंद दे उत्ते वार कीता वड्डे वड्डे खपरे अगो चौड़े बाण जिवें मीह पैंदा होवे वरखा हुंदी होवे एवें तीरां दा मीह ही वरा दित्ता राजे दे पुत्तरां ने इस दैत दे उपर परग पसुंडी तोमर शाए शस्त्रां दे नां दस रहे हन परग लोहे दा गदा लोहे दे विच मढ़िया होया डंडा ते गंडासा आदिक फिर पसुंडी ये साध संगत एक तरह का गोफिया एक अस्त्र है महाभारत के युद्ध समय दी कहिंदे बहुत वरतों हुई जिवें आ गलेल हुंदी है ना गलेल दे विच ते निकी जी ढीम जी चलाई जा सकती है ये जड़ा गोफिया होंदा इहदे विच वड्डे वड्डे पत्थर भर के वैरी वल सुटदे ने चमड़े का बनाउंदे तीन हथ लम्मा होंदा उज वड्डा पत्थर भर के घुमा के दे वैरी की फौज ते मारदे हन उहनू गोफिया कहिंदे ने इस तरह परग वड्डे वड्डे जिहड़े जो गदा आदक लोहे नाल मड़े हुए डंडे आदक ते पसुंडी गोफिए तोमर शाए ते तोमर कई प्रकार दे जिहड़े साध संगत जी बरशे आदक भाले हन जां भाले वर्गा ही बरशे वर्गा ही एक हथियार हुंदा है तोमर उह सारे बरशा ही कह दिंदे आकार छोटे वड्डे हुंदे ने ये बहुत सारे इन्हां ने इक वार कट्ठे करके हमला कीता गदा आदक शस्त्रां दे बड़े प्रहार कीते ते सूरबीर योधिया ने अगे वध वध के संग खड़क दे कार खर लीने भी कृपाना म्याना दे विचों कढ़ करके अपने हथां दे विच बड़ियां तिखां तिखियां तलवारां लै लै के वार किते तिखियां तलवारां हथां च लै के तिखे तीर चला चला के दैत दे शरीर नूं घात लाए ते जंग दे माहौल नूं होर गर्म रखण वाले जिहड़े वाजे वजाउण वाले हुंदे ने उन्होंने अनेकां प्रकार दे संख वजाए हन शरीर विच उत्साह वधाउण लई संख वज रहे ने बहुत कोलाहल रौला पै रहा है बड़ा अधिक तों अधिक जो जंग का मैदान है वह मच चुका है
लोहा लाल हो गया है, चंगयाड़े निकलने ने, बड़ा रौला रप्पा पै रहा, मार लो फल लो, यही आवाजा आंदियां ने। जदों फौज ने इस तरह हमल की हमला किया, करो धुंद ने क्रोध बडेरे, उस वेले धुंदू दैत ने बड़ा क्रोध बड़ा गुस्सा खादा भी मेरे दे तीर चला रहे आ, पत्थर मार रहे आ, बरशे कृपाना दा वार कर रहे ने। शास्त्र लागे तां तसी कनेरे, क्योंकि बहुत शास्त्र शरीर विच लग लग के दे शरीर दे अंदर ही धस के विच ही प्रवेश करके दैत दे, जिस करके बहुता लाल पीला हो गया। पायन ते पकर बगायो, गुस्से विच आके जिवें ठुड मारी दा ना फुटबाल, ए दैत ने फौज नू कईयां नू तां पैर नाल ठुड्डा मार के बगा के दूर सिट दिता। किसी नू अपने हत्थां नाल फड़ के जिवें धोबी पिछियों दी लिया के कपड़ा मारदा एवें पटका के धरती ते मारिया दैत ने। किसी सिपाही नू कोई राजे दी फौज नू पैरां दे नाल ही दपट के दरड़ के खत्म कर दिता। कईयां नू हाथ दा धक्का जिहा मार के धक्क के इक दूजे दे सिट के प्राण नाश कर दिते दैत ने। कईयां नू अपने हत्थां दे बुक्कां च भर भर के वड्डे मूंह दे राही भखण ही कर गया, बुरकियां बना के ही खा गया दैत। सो इस प्रकार दे नाल साल संगत दैत ने गुस्सा करके ते किसू गह गह पीसन कीनस, कईयां नू फड़ के ते आपस विच रगड़ रगड़ के पी के दरड़ मरड़ करके मेज आदक हड्डियां चूर करके धरती ते सुट दिता। ते कईयां नू लत्तां तों फड़ के विचाल्यों चीर के फाड़ के दो टोटे कर दिते जिहड़े राजे दे सिपाही सन। ऐदा उथे होया भी लहू ते मिज दा गारा ही बन गया, बहुता लहू वगण करके बहुत ही शरीर दी मिज लिकने करके जो धूड़ मिट्टी आ सब कुछ रल मिल के जिवें गारा कीता होए इस तरह गार ही गार बन गई मैदान अंदर। सारा आकाश घटे मिट्टी धूड़ दे नाल ढकया गया। इस तरह दैत बड़ा बली है, बड़े क्रोध गुस्से विच आ रहा, फड़ फड़ के राजे दे सूरमियां नू चीर चीर के धरती ते सिटी जा रहा है। इस तरह साध संगत बड़ा भारी जंग प्रवृत्त हो गया, जंग मच गया, फस गया दोवें पासों। सूरमे कहिंदे मार लो फड़ लो, जावे ना अपनी जान बचारिया कोई, कोई मार लो मार लो, धुंदू दैत नू इस तरह दे ललकारे मार रहा है। ਕਹਿੰਦੇ ਵੀ ਜਿਵੇਂ ਰਾਵਣ ਦਾ ਭਰਾ ਕੁੰਭਕਰਨ ਹੋਇਆ ਏ, ਤੇ ਮਾਨੋ ਵੀ ਦੂਜਾ ਕੁੰਭਕਰਨ ਹੀ ਬਣ ਗਿਆ ਧੁੰਦੂ ਦੈਤ। ਅਜੇ ਸੁੱਤਾ ਸੀ ਤੇ ਸੁੱਤਾ ਹੀ ਰਿਹਾ, ਹੁਣ ਜੇ ਇਹਨਾਂ ਨੇ ਛੇੜ ਕੇ ਠਾ ਲਿਆ ਤੇ ਬਹੁਤੇ ਗੁੱਸੇ ਦੇ ਨਾਲ ਕ੍ਰੋਧ ਦੇ ਨਾਲ ਇਹਨੇ ਆਪਣਾ ਸਾਰਾ ਹੀ ਬਾਲ ਫੌਜ ਦੇ ਉੱਤੇ ਪਾ ਦਿੱਤਾ। ਜਦੋਂ ਇਸ ਤਰ੍ਹਾਂ ਬੜਾ ਭਾਰੀ ਪਰਾਕ੍ਰਮ ਬਹੁਤਾ ਭਾਰੀ ਅੱਗੇ ਵੱਧ ਕੇ ਬਲ ਦੈਂਤ ਨੇ ਫੌਜ ਦੇ ਉੱਤੇ ਕੀਤਾ, ਬਹੁਤ ਹੀ ਰਾਜੇ ਦੀ ਫੌਜ ਮਾਰੀ ਗਈ। ਰਾਜਪੁੱਤਰ ਆਯੁਧ ਨਾਨਾ, ਰਾਜਪੁੱਤਰ ਜਿਹੜਾ ਰਾਜੇ ਦਾ ਅਯੁੱਧਿਆ ਦਾ ਰਾਜਾ ਫੌਜ ਲੈ ਕੇ ਆਇਆ, ਜਿਹੜੇ ਉਹਦੇ ਪੁੱਤਰ ਸਨ, ਉਹਨਾਂ ਨੇ ਨਾਨਾ ਤਰ੍ਹਾਂ ਦੇ ਤਿੱਖੇ ਤੇ ਬੜੇ ਸੋਹਣੇ ਸ਼ਸਤਰ ਪਕੜ ਲਏ ਹੱਥਾਂ ਵਿੱਚ। ਜਿਮ ਗਿਰ ਪਰ ਕੇ ਬਿਹੰਗ ਸਧਾਰੈ, ਜਿਸ ਪ੍ਰਕਾਰ ਦੇ ਨਾਲ ਕੋਈ ਪਹਾੜ ਦੇ ਉੱਤੇ ਸਾਧ ਸੰਗਤ ਪੰਛੀ ਜਾਂਦਾ ਹੈ ਉੱਡ ਕੇ, ਇਸ ਤਰ੍ਹਾਂ ਵੱਡੇ ਪਹਾੜ ਵਰਗੇ ਸਰੀਰ ਜੋ ਦੈਂਤ ਦਾ ਹੈ ਉਹਦੇ ਨੇੜੇ ਪਹੁੰਚਦੇ ਨੇ ਸੂਰਮੇ ਰਾਜੇ ਦੇ ਪੁੱਤਰ, ਤੇ ਨੇੜੇ ਜਾ ਜਾ ਕੇ ਇਹਦੇ ਸਰੀਰ ਤੇ ਬਹੁਤੇ ਸ਼ਸਤਰ ਮਾਰਦੇ ਹਨ। ਬੜਾ ਭਾਰੀ ਰੌਲਾ ਮੱਚ ਗਿਆ, ਕੁਝ ਸੁਣਿਆ ਹੀ ਜਾਂਦਾ ਕੋਈ ਕਿਸੇ ਦੀ ਗੱਲ,
ਕਿਸੇ ਨੂੰ ਕੀ ਕਹਿ ਰਿਹਾ ਹੈ, ਕਿਸੇ ਨੂੰ ਕੁਝ ਸਾਫ ਨਹੀਂ ਸੁਣਾਈ ਦਿੰਦਾ, ਬਸ ਰੌਲੇ ਰੱਪੇ ਦੀ ਆਵਾਜ਼ ਹੀ ਆਉਂਦੀ ਹੈ। ਸਾਯੋ ਗਗਨ ਬਾਵਾ ਗਨ ਬਾਨਾ, ਤੇ ਬਹੁਤ ਸਾਰਾ ਤੀਰਾਂ ਦੇ ਨਾਲ ਹੀ ਜਿਹੜਾ ਆਕਾਸ਼ ਢੱਕਿਆ ਗਿਆ, ਇੰਨੇ ਤੀਰ ਚੱਲੇ ਹਨ। ਤੈਤ ਸਰੀਰ ਵਿਖੇ ਪਰਵੇਸ਼ੇ, ਜਿੰਨੇ ਵੀ ਤੀਰ ਰਾਜੇ ਦੇ ਪੁੱਤਰ ਦੀ ਸਿਪਾਹੀ ਫੌਜ ਚਲਾ ਰਹੀ ਹੈ, ਉਹ ਸਾਰੇ ਦੇ ਸਾਰੇ ਦੈਂਤ ਦੇ ਉਸ ਧੰਦੂ ਰਾਕਸ਼ਸ ਦੇ ਸਰੀਰ ਦੇ ਅੰਦਰ ਹੀ ਪ੍ਰਵੇਸ਼ ਕਰਦੇ ਜਾ ਰਹੇ ਹਨ। ਕਹਿੰਦੇ ਜਿਵੇਂ ਪਹਾੜ ਦੇ ਵਿੱਚ ਖੁੱਡਾਂ ਨਿਕਲੀਆਂ ਹੋਣ ਤੇ ਬਹੁਤੇ ਸੱਪ ਪਹਾੜ 'ਚ ਵੜ ਜਾਂਦੇ ਆ ਨਾ, ਪਤਾ ਹੀ ਨਹੀਂ ਲੱਗਦਾ ਵੀ ਗਏ ਕਿਧਰ ਨੂੰ ਹੈ। ਇਸੇ ਤਰ੍ਹਾਂ ਧੰਦੂ ਦੈਂਤ ਦੇ ਸਰੀਰ ਵਿੱਚ ਚਲਾਏ ਹੋਏ ਤੀਰ ਇਵੇਂ ਵਿੱਚ ਹੀ ਗੁਪਤ ਹੁੰਦੇ ਜਾ ਰਹੇ ਹਨ, ਜਿਵੇਂ ਪਹਾੜ ਦੇ ਵਿੱਚ ਖੁੱਡਾਂ 'ਚ ਸੱਪ ਵੜਦੇ ਨੇ। ਚਮਕ ਹੈ ਚੰਦਰ ਹਾਸ ਲਗਾ ਹੈ, ਤੇ ਚਮਕ ਹੈ ਚੰਦਰ ਹਾਸ, ਚੰਦਰ ਹਾਸ ਕਹਿੰਦੇ ਨੇ ਸ਼੍ਰੀ ਸਾਹਿਬ ਨੂੰ, ਤੇ ਜੋ ਸ਼੍ਰੀ ਸਾਹਿਬਾਂ ਨੇ ਕਿਰਪਾਨਾਂ ਹਨ, ਸੂਰਮਿਆਂ ਦੇ ਹੱਥਾਂ ਵਿੱਚ ਤਲਵਾਰਾਂ ਚਮਕ ਰਹੀਆਂ ਨੇ, ਅਲੱਗ ਅੰਗ ਹੈ ਤੇ ਅੰਗ ਦੇ ਨਾਲ ਲੱਗ ਰਹੀਆਂ ਚੀਰ ਫਾੜ ਕਰ ਰਹੀਆਂ ਨੇ। ਜਨ ਤੜਤਾ ਪੜਤੀ ਗਿਰ ਸ਼੍ਰਿੰਗ ਹੈ, ਇਸ ਤਰ੍ਹਾਂ ਕਹਿੰਦੇ ਵੀ ਲਿਸ਼ਕਵੀਆਂ ਕਿਰਪਾਨਾਂ ਚੰਦਰ ਹਾਂਸ ਦਾ ਵਾਰ ਚੱਲਦਾ, ਜਿਵੇਂ ਬਹੁਤ ਮਾਨੋ ਬਿਜਲੀਆਂ ਪੈਂਦੀਆਂ ਨੇ, ਕਿਤੇ ਪਹਾੜ ਦੀ ਚੋਟੀ ਹੋਵੇ ਤੇ ਪਹਾੜ ਦੀ ਚੋਟੀ 'ਤੇ ਜਿਵੇਂ ਬਹੁਤੀ ਬਿਜਲੀ ਡਿੱਗਦੀ ਹੈ, ਇਸ ਤਰ੍ਹਾਂ ਇਸ ਦੈਂਤ ਦੇ ਸਰੀਰ 'ਤੇ ਕਿਰਪਾਨਾਂ ਲਿਸ਼ਕਣੀਆਂ ਵੱਜ ਰਹੀਆਂ ਹਨ। ਪਰਗ ਸ਼ਕਤ ਕੋਮਰ ਬਲ ਭਾਲੇ, ਪਰਗ ਵੱਡੇ ਵੱਡੇ ਗੰਡਾਸੇ ਅਤੇ ਫਿਰ ਸ਼ਕਤ ਬਰਸ਼ੀਆਂ, ਤੋਮਰ ਬਰਸ਼ੇ ਬਡ ਭਾਲੇ ਵੱਡੇ ਵੱਡੇ ਨੇਜੇ ਆਦਿਕ। ਇੱਕੇ ਵਾਰ ਹੀ ਫੌਜ ਇਕੱਠਾ ਹੀ ਹੋ ਕੇ ਸਾਰੇ ਦੈਂਤ ਦੇ ਸਰੀਰ ਤੇ ਮਾਰਦੇ ਨੇ ਵੀ ਇਹਨੂੰ ਖਤਮ ਕਰ ਲਈਏ। ਪਰ ਧੰਦੂ ਦੈਂਤ ਦਾ ਬਹੁਤਾ ਨੁਕਸਾਨ ਨਹੀਂ ਹੋਇਆ, ਜਿੰਨੀਆਂ ਸੱਟਾਂ ਵੱਜਦੀਆਂ ਉਹਨਾਂ ਕ੍ਰੋਧ ਵਿੱਚ ਗੁੱਸੇ ਦੇ ਵਿੱਚ ਆ ਕੇ ਜੰਗ ਕਰਨ ਦੇ ਲਈ ਬਹੁਤਾ ਉਮਾ ਉਤਸ਼ਾਹ ਕਰਦਾ ਏ। ਸੁਵਟਨ ਮਾਰਤ ਬਹੁਰਨ ਮਾਹਾ, ਤੇ ਬਹੁਤੇ ਰਾਜੇ ਦੇ ਸੂਰਮਿਆਂ ਨੂੰ ਜੰਗ ਵਿੱਚ ਮਾਰੀ ਜਾ ਰਿਹਾ ਏ। ਤੇ ਸਾਧ ਸੰਗਤ ਜੀ ਜਦੋਂ ਇਹ ਪੂਰੇ ਜੋਸ਼ ਦੇ ਵਿੱਚ ਪੂਰੇ ਬਲ ਦੇ ਨਾਲ ਮਾਰ ਰਿਹਾ ਹੈ, ਛਿਰਨਾਗਾਰੀ ਹੋਰਨ ਦੇਤ, ਦੈਂਤ ਕਿਸੇ ਨੂੰ ਆਪਣੇ ਸਾਹਮਣੇ ਖਲੋਣ ਹੀ ਨਹੀਂ ਦਿੰਦਾ, ਕਿਸੇ ਦੇ ਇੰਨੀ ਧੀਰਜ ਹੀ ਨਹੀਂ ਹੈ ਵੀ ਦੈਂਤ ਦੇ ਸਾਹਮਣੇ ਖੜ ਕੇ ਅੜ ਜਾਵੇ। ਜਿਹੜੇ ਜਿਹੜੇ ਪਾਸੇ ਨੂੰ ਵੀ ਜਾਂਦਾ ਹੈ ਰਣ ਮੈਦਾਨ ਅੰਦਰ ਸੂਰਮਿਆਂ ਨੂੰ ਮਾਰੀ ਜਾ ਰਿਹਾ ਏ। ਰਾਜੇ ਦੀ ਫੌਜ ਨੂੰ ਮਾਰ ਮਾਰ ਕੇ ਮਨ ਨੇ ਵੱਡਾ ਸਾਰਾ ਢੇਰ ਹੀ ਲਾ ਦਿੱਤਾ ਹੈ। ਤੇ ਜੰਗ ਦੇ ਵਿੱਚ ਬਹੁਤੇ ਆਪਣੇ ਸਾਥੀ ਮਰੇ ਵੇਖ ਕੇ ਡਰ ਗਏ, ਬਹੁਤਾ ਡਰ ਬਹੁਤਾ ਤਰਾਸ ਫੌਜੀਆਂ ਦੇ ਅੰਦਰ ਪੈਦਾ ਕਰ ਦਿੱਤਾ। ਰੁਦਤ ਲਿਪਤ, ਲਹੂ ਦੇ ਨਾਲ ਲਿਬੜੇ ਹੋਏ ਸਰੀਰ ਦੇ ਵਿੱਚੋਂ ਲਹੂ ਦੀਆਂ ਧਾਰਾਂ ਵਹਿੰਦੀਆਂ ਹਨ ਇਸ ਦੈਂਤ ਦੇ। ਤੇ ਜਿੱਥੋਂ ਕਦੇ ਦੈਂਤ ਦੇ ਸਰੀਰ ਵਿੱਚ ਵੀ ਜ਼ਖਮ ਵੱਜਿਆ ਲਹੂ ਨਿਕਲਦਾ ਧੰਦੂ ਦੈਂਤ ਦੇ, ਤੇ ਲਹੂ ਦੀ ਤਾਂ ਬੂੰਦ ਹੀ ਡਿੱਗਦੀ ਹੈ, ਪਰ ਇਉਂ ਜਾਪਦਾ ਹੈ ਵੀ ਜਿਵੇਂ ਗੇਰੂ ਦੇ ਪਹਾੜ ਦੇ ਪ੍ਰਣਾਲੇ ਵਗ ਰਹੇ ਨੇ, ਆਪ ਕੇ ਇਹਦੇ ਸਰੀਰ ਤੋਂ ਬੂੰਦ ਡਿੱਗਣਾ ਵੀ ਇਉਂ ਪ੍ਰਤੀਤ ਹੁੰਦਾ ਜਿਵੇਂ ਵੱਡੇ ਵੱਡੇ ਪਹਾੜਾਂ ਦੇ ਵਿੱਚੋਂ ਜਿਵੇਂ ਪਾਣੀ ਦੇ ਪ੍ਰਣਾਲੇ ਵਗਦੇ ਹੋਣ, ਇੱਦਾਂ ਲਹੂ ਵਹਿ ਤੁਰਿਆ ਏ। ਤੇ ਗਰਜਤ ਗਰੂ ਮੇਘ ਸਮਾਨਾ, ਭਾਰੀ ਬੱਦਲਾਂ ਦੇ ਵਾਂਗ ਦੈਂਤ ਗਰਜਦਾ ਹੈ। ਆਪਣੇ ਹੱਥਾਂ 'ਚ ਫੜ ਫੜ ਕੇ ਹੀ ਰਾਜੇ ਦੇ ਸਿਪਾਹੀਆਂ ਨੂੰ ਮਾਰੀ ਜਾ ਰਿਹਾ ਬਿਨਾਂ ਕਿਸੇ ਸ਼ਸਤਰ ਅਸਤਰ ਤੋਂ। ਕਿੰਨੇ ਘਾਇਲ ਜ਼ਖਮੀ ਹੋਏ ਰਾਜੇ ਦੇ ਸਿਪਾਹੀ ਧਰਤੀ 'ਤੇ ਤੜਫ ਰਹੇ ਪਾਣੀ ਮੰਗਦੇ ਹਨ। ਕਈਆਂ ਨੂੰ ਤਾਂ ਇਹਨੇ ਆਕਾਸ਼ ਵਿੱਚ ਹੀ ਉਡਾ ਦਿੱਤਾ, ਉਹ ਆਕਾਸ਼ ਵਿੱਚ ਹੀ ਭਰਮਦੇ ਫਿਰਦੇ, ਹਵਾ 'ਚ ਹੀ ਉੱਡਦੇ ਫਿਰਦੇ ਨੇ, ਪੈਰਾਂ ਨਾਲ ਹੀ
दरण मरण के बहुत राजे दे सिपाही दैत ने धरती ते सुट दिते। पराक्रम कटत हत है पिख नेरे। कहिंदे बड़ा पराक्रम बड़ा बल है ते बहुते बल दे नाल जिहड़ा कोई अगे वध के ते दैत नू मारन दा कट्टन दा यतन करदा उहनू नेड़े आया वेख करके झट ही मार दिंदा अपने बल दे नाल दैत। ਬੰਦਿਆਂ ਦੀ ਕੀ ਗੱਲ ਹੈ, ਵੱਡੇ ਵੱਡੇ ਫੌਜ ਦੇ ਹਾਥੀ ਉਹ ਵੀ ਹੱਥਾਂ ਨਾਲ ਫੜ ਕੇ ਹੀ ਦੈਂਤ ਨੇ ਮਾਰ ਦਿੱਤੇ। ਤੇ ਫਿਰ ਹੋਰ ਸਿਅੰਦਨ ਆਦਿਕ ਜਿਹੜੇ ਗੱਡੇ ਨੇ, ਇੱਕ ਗੱਡਾ ਫੜ ਕੇ ਰੱਥ ਫੜ ਕੇ ਤੇ ਦੂਸਰੇ ਰੱਥ ਦੇ ਮਾਰ ਕੇ ਤੋੜ ਕੇ ਚੂਰ ਕਰੀ ਜਾ ਰਿਹਾ ਹੈ। ਤੇ ਘੋੜੇ ਨੂੰ ਫੜ ਕੇ ਗਹਿ ਤੁਰੰਗ ਉਤੰਗ ਵਗਾਵੈ ਤੇ ਵਗਾ ਕਰਕੇ ਉੱਪਰ ਨੂੰ ਸੁੱਟ ਦਿੰਦਾ ਘੋੜਿਆਂ ਦੇ ਤਾਈ। ਗੱਲ ਕੀ ਵੀ ਜਿਹੜਾ ਕੋਈ ਦੈਂਤ ਦੇ ਨੇੜੇ ਆਉਂਦਾ ਕੋਈ ਅੱਗੇ ਠਹਿਰਨ ਨਹੀਂ ਪਾਉਂਦਾ, ਉਹਨੂੰ ਫੜ ਕੇ ਹੀ ਕਿਸੇ ਨੂੰ ਮਦਲੀ ਜਾਂਦਾ, ਕਿਸੇ ਨੂੰ ਦਰੜੀ ਜਾਂਦਾ, ਕਿਸੇ ਨੂੰ ਹਵਾ 'ਚ ਸੁੱਟੀ ਜਾਂਦਾ ਏ। ਆ ਜਦੋਂ ਬਹੁਤੇ ਮਰ ਗਏ ਰਾਜੇ ਦੇ ਸਿਪਾਹੀ ਪੁੱਤਰ ਤੇ ਥੋੜੇ ਕੁਝ ਕੁ ਰਹਿ ਗਏ ਬਾਕੀ। ਮਹਾਵੀਰ ਨੇ ਸੂਪੀ ਦਏ ਤੇ ਬੜਾ ਕਹਿੰਦੇ ਵੱਡਾ ਵੀਰ ਸੀ ਦੈਂਤ, ਬੜਾ ਸੂਰਮੈ ਨੇ ਜਿਹੜੇ ਕੁਝ ਬਚੇ ਹਨ ਰਾਜੇ ਦੇ ਨਾਲ ਦੇ ਉਹ ਵੀ ਮਾਰ ਦਿੱਤੇ। ਇੱਕੀ ਹਜ਼ਾਰ ਪੁੱਤ ਸੀ ਜਦੋਂ ਇਹ ਤੁਰਿਆ ਸੀ ਅਯੁੱਧਿਆ ਤੋਂ ਦੈਂਤ ਮਾਰਨ ਵਾਸਤੇ। ਕ੍ਰੋਧ ਵਿੱਚ ਆ ਕੇ ਧੁੰਦ ਦੈਤ ਨੇ ਇਸ ਰਾਜੇ ਦੇ 21,000 ਪੁੱਤਰ ਮਾਰ ਹੀ ਦਿੱਤੇ। ਮਾਨੋ ਇਸ ਤਰ੍ਹਾਂ ਹੋਇਆ ਵੀ ਜਿਵੇਂ ਜਿਸ ਪ੍ਰਕਾਰ ਦੇ ਨਾਲ ਜਿਹੜਾ ਦੈਂਤ ਹੈ ਇਹਨੇ ਤੇ ਕਹਿੰਦੇ 21,000 ਰਾਜੇ ਦਾ ਪੁੱਤਰ ਇਵੇਂ ਮਾਰਿਆ ਜਿਵੇਂ 60 ਸਹੰਸਰ, ਜਿਵੇਂ 60,000 ਸਗਰ ਕੇ ਸੁੱਤ ਜਿਮ, ਜਿਵੇਂ ਸਗਰ ਰਾਜਾ ਹੋਇਆ ਹੈ ਇੱਕ ਇਹਦੇ 60,000 ਪੁੱਤਰ ਸਨ। ਕਪਲ ਮੁਨੀ ਨੇ ਕਹਿੰਦੇ ਵੀ ਬਸ ਅੱਖਾਂ ਨਾ ਵੇਖ ਕੇ ਇਹ ਸਾਰੇ ਸਵਾਹ ਕਰਦੇ ਭਸਮ ਕਰਦੇ ਸੀ ਨਾ, ਜਿਵੇਂ ਇਵੇਂ ਇਸ ਧੁੰਦੂ ਦੈਂਤ ਨੇ ਅਯੁੱਧਿਆਪੁਰੀ ਦੇ ਰਾਜੇ ਦੇ 21,000 ਪੁੱਤਰ ਮਾਰ ਦਿੱਤੇ। ਨਿਰਭ ਸੁਤ ਤੀਨ ਸ਼ੇਸ਼ ਰਹਿ ਜਬੈ। ਜਦੋਂ ਤਿੰਨ ਪੁੱਤਰ ਬਾਕੀ ਰਹਿ ਗਏ, 21,000 ਬਾਕੀ ਤਕਰੀਬਨ ਸਭ ਮਾਰੇ ਗਏ ਤੇ ਉਹਨਾਂ ਜੋ ਤਿੰਨ ਬਚੇ ਸਨ, ਜਦੋਂ ਫਿਰ ਰਾਜੇ ਨੇ ਆਪ ਕ੍ਰੋਧ ਧਾਰਿਆ, ਬਹੁਤਾ ਗੁੱਸਾ ਖਾਧਾ, ਜੰਗ ਕਰਨ ਦੇ ਲਈ ਸਾਹਮਣੇ ਦੈਂਤ ਦੇ ਸਾਵਧਾਨ ਹੋ ਗਿਆ। ਬੜਾ ਮਹਾਨ ਬੜਾ ਵੱਡਾ ਧਨੁਖ ਤੀਰ ਕਮਾਨ ਆਪਣੇ ਹੱਥਾਂ ਵਿੱਚ ਰਾਜੇ ਨੇ ਪਕੜ ਲਿਆ। ਸੋਨੇ ਦੇ ਬਣੇ ਹੋਏ ਸਜੋ ਦੇ ਨਾਲ ਸਾਰਾ ਸਰੀਰ ਢੱਕਿਆ ਸਜਾਇਆ ਹੈ ਵੀ ਕੋਈ ਵਾਰ ਨਾ ਲੱਗੇ। ਉਹ ਭਾਰੀ ਬਲ ਵਾਲੇ ਧੁੰਦੂ ਦੈਂਤ ਦੇ ਅੱਗੇ ਬੜੀ ਧੀਰਜ ਦੇ ਨਾਲ ਬੜੇ ਹੌਸਲੇ ਦੇ ਨਾਲ ਅਯੁੱਧਿਆਪੁਰੀ ਦਾ ਰਾਜਾ ਚਲਾ ਗਿਆ। ਤੇ ਜਿਵੇਂ ਉਹ ਉਤੰਕ ਰਿਖੀ ਨੂੰ ਕਿਹਾ ਸੀ ਨਾ ਵੀ ਜਦੋਂ ਰਾਜਾ ਦੈਂਤ ਨਾਲ ਲੜੂਗਾ ਮੈਂ ਸਿੱਧਾ ਤੇ ਲੜ ਨਹੀਂ ਸਕਦਾ, ਰਾਜੇ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਮੈਂ ਜੰਗ ਕਰਾਂਗਾ, ਉਸੇ ਵੇਲੇ ਕਹਿੰਦੇ ਵੀ ਵਿਸ਼ਨੂੰ ਆ ਗਿਆ। ਆਪਣਾ ਆਪ ਕਿਸੇ ਨੂੰ ਦਰਸਾਇਆ ਨੀ, ਕਿਸੇ ਨੂੰ ਪਤਾ ਨੀ ਲੱਗਣ ਦਿੱਤਾ। ਕਵੀ ਜੀ ਕਹਿੰਦੇ ਵਿਸ਼ਨੂੰ ਜੀ ਉਸੇ ਵੇਲੇ ਅਯੁੱਧਿਆਪੁਰੀ ਦੇ ਰਾਜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਏ, ਉਹਦੀ ਤਾਕਤ ਵਧਾਉਣ ਲਈ ਬਲ ਬਣਾਉਣ ਵਧਾਉਣ ਵਾਸਤੇ ਉਹਦੇ ਸਰੂਪ ਦੇ ਵਿੱਚ ਹੀ ਆਪਣਾ ਨਿਵਾਸ ਕਰ ਲਿਆ। ਤੇ ਜਿਸ ਪ੍ਰਵੇਸ਼ ਹੋਣੇ ਕਰਕੇ ਰਾਜੇ ਦੇ ਮਨ ਵਿੱਚ ਅੱਗੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਉਮਾ ਤੇ ਜੰਗ ਕਰਨ ਦਾ ਚਾਅ ਵੱਧ ਆਇਆ। ਤੇ ਰਾਜੇ ਦੇ ਸਰੀਰ ਵਿੱਚ ਬਹੁਤਾ ਹੀ ਜ਼ਿਆਦਾ ਪਰਾਕ੍ਰਮ ਬਹੁਤਾ ਹੀ ਜ਼ਿਆਦਾ ਬਲ ਇੱਕਦਮ ਹੀ ਆਣ ਕੇ ਪ੍ਰਾਪਤ ਹੋ ਗਿਆ। ਤੇ ਜਿਹੜਾ ਸਾਹਮਣੇ ਵੱਡੇ ਸਰੀਰ ਦਾ ਦੈਂਤ ਹੈ ਧੁੰਦੂ ਉਹਦੀ ਤਾਕਤ ਨੂੰ ਥੋੜ੍ਹਾ ਹੀ ਵੇਖਿਆ,
इस तरह अनुभव होया भी मेरे शरीर जड़ा बल है वह ज़्यादा है ते दैत दे शरीर विच बल मेरे नालों किते थोड़ा है। वैरी नूं मारन वास्ते अणगिणती पहला राजे ने तीर चलाउणा कीते ते कहिंदे भी राजे ने बड़ा तीर एकदम लगातार एक रस एक तीर ते बाद तीर किन्ने किन्ने कट्ठे ही चले दे चाड़ चाड़ के बीते ओ दैत दैत दा जिहड़ा शरीर सी ओह विन दिता रुबर बहु गीता बहुता ही खून बहुता लहू दैत दे शरीर विचों डिगा धरती ते जदों राजे ने बहुते तीरां दे नाल शरीर दैत दा छलनी कीता तां धुंदू दैत क्रोध विच आ के कहने हाथ ना फड़ के पहाड़ ही उखाड़ लिया जिवें आम बंदा कोई रोड़ा कोई ढीम फड़ के मारन दा जतन करदा दैत ने पहाड़ ही फड़ लिया मारन वास्ते राजे नूं मारन वास्ते राजे दे शरीर दे उत्ते दैत ने पहाड़ दा वार कीता जदों अपने वल नूं राजे ने पहाड़ आउंदा वेखिया तां अपने बाल अपने ताकत नूं संभालिया उसे वेले फुरती दे नाल अपने पत्थे दे विचों अद्धे चंद्रमा दे आकार वर्गा बड़ा तिखा तीर कढ़िया जदों वेखिया भी दैत पहाड़ चुक के हाथ दे विच मेरे वल नूं वार करन लगा ਤਾਂ ਰਾਜੇ ਨੇ ਅੱਧੇ ਚੰਦਰਮਾ ਦੇ ਮੂੰਹ ਵਰਗਾ ਤੀਰ ਕੱਢ ਕੇ ਪੱਥੇ ਦੇ ਵਿੱਚੋਂ ਚਿੱਲੇ ਚਾੜ ਲਿਆ ਧਨਖ ਵਿੱਚ ਤਾਣ ਕੇ ਖਿੱਚ ਕੇ ਬਲ ਦੇ ਨਾਲ ਸਾਹਮਣੇ ਦੈਂਤ ਦੇ ਸਰੀਰ ਤੇ ਮਾਰਿਆ ਤੇ ਜਿਹੜਾ ਪਹਾੜ ਆ ਰਿਹਾ ਸੀ ਰਾਜੇ ਵੱਲ ਨੂੰ ਵੱਧਦਾ ਹੋਇਆ ਉਹ ਅੱਧੇ ਪੰਥ ਅੱਧੇ ਰਸਤੇ ਦੇ ਵਿੱਚ ਹੀ ਕਹਿੰਦੇ ਡਿੱਗ ਪਿਆ ਅਰਧ ਪੰਥ ਮੈਂ ਗਿਰ ਕੱਟ ਡਾਰਾ ਪਹਾੜ ਜਿਹੜਾ ਮਾਰਿਆ ਸੀ ਦੈਂਤ ਨੇ ਉਹ ਤੀਰ ਮਾਰ ਕੇ ਕੱਟ ਕੇ ਟੋਟੇ ਕਰਕੇ ਰਾਹ ਵਿੱਚ ਹੀ ਰਾਜੇ ਨੇ ਸੁੱਟ ਦਿੱਤਾ ਤੇ ਉਸ ਵੇਲੇ ਧੁੰਦੂ ਦੈਂਤ ਨੇ ਕਈ ਜੰਗਲ ਦੇ ਦਰਖਤ ਪੁੱਟ ਪੁੱਟ ਕੇ ਵਗਾ ਵਗਾ ਕੇ ਰਾਜੇ ਵੱਲ ਮਾਰੇ ਪਰ ਰਾਜਾ ਬੜਾ ਬਲੀ ਹੋ ਗਿਆ ਸੀ ਵਿਸ਼ਨੂੰ ਦੇ ਪ੍ਰਵੇਸ਼ ਕਰਨੇ ਕਰਕੇ ਉਹ ਆਪਣੇ ਤੀਰਾਂ ਦੇ ਨਾਲ ਹੀ ਕੱਟ ਕੱਟ ਕੇ ਸਭ ਦਰਖਤਾਂ ਰੁੱਖਾਂ ਨੂੰ ਰਾਹ ਵਿੱਚ ਸੁੱਟੀ ਜਾ ਰਿਹਾ ਏ ਇਸ ਤਰ੍ਹਾਂ ਦੁੰਦ ਦੁੰਦ ਹੁੰਦਾ ਵੀ ਦੋਵਾਂ ਦਾ ਰਾਜੇ ਦਾ ਵੀ ਤੇ ਧੁੰਦੂ ਦੈਂਤ ਦਾ ਜਦੋਂ ਇਸ ਤਰ੍ਹਾਂ ਬੜਾ ਭਾਰੀ ਆਪਸ ਵਿੱਚ ਯੁੱਧ ਜੰਗ ਹੋਣ ਲੱਗ ਪਿਆ ਦੋਵੇਂ ਬੜੇ ਬਲੀ ਨੇ ਆਪਣਾ ਅੱਗਾ ਨਹੀਂ ਛੱਡਦੇ ਪੈਰ ਪਛਾਹ ਨਹੀਂ ਖੜਦੇ ਸਨਮੁਖ ਵੱਧ ਕੇ ਲੜ ਰਹੇ ਨੇ ਉਸ ਵੇਲੇ ਫਿਰ ਦੈਂਤ ਇੱਕ ਬੜਾ ਭਾਰੀ ਪੱਥਰ ਮਾਰਨ ਦੇ ਲਈ ਰਾਜੇ ਵੱਲ ਨੂੰ ਵਧਿਆ ਧੁੰਦੂ ਦੈਂਤ ਇਹਨੇ ਲਲਚਾਵਾ ਲਾਲਚ ਕੀਤਾ ਦਿਲ ਦੀ ਖਾਹਿਸ਼ ਕੀਤੀ ਵੀ ਮੈਂ ਰਾਜੇ ਦੇ ਨੇੜੇ ਜਾ ਕੇ ਇਹਦੇ ਸਰੀਰ ਤੇ ਪੱਥਰ ਮਾਰ ਕੇ ਨਾਲ ਹੀ ਇਹਨੂੰ ਖਤਮ ਕਰਦੇ ਹਾਂ ਜਦੋਂ ਰਾਜੇ ਨੇ ਵੇਖਿਆ ਵੀ ਇਹ ਦੈਂਤ ਮੇਰੇ ਨੇੜੇ ਹੋਇਆ ਹੈ ਤਾਂ ਰਾਜਾ ਵੀ ਥੋੜ੍ਹਾ ਅੱਗੇ ਨੂੰ ਵਧਿਆ ਕਰ ਲਾਘਵਤਾ ਨ੍ਰਿਪ ਨੇ ਡਾਟਾ ਉਸ ਵੇਲੇ ਨੇੜੇ ਹੋ ਕਰਕੇ ਬੜੀ ਫੁਰਤੀ ਦੇ ਨਾਲ ਰਾਜੇ ਨੇ ਦੈਂਤ ਨੂੰ ਡਾਂਟਿਆ ਭਾਵ ਕੇ ਅੱਗੋਂ ਲਲਕਾਰਾ ਮਾਰਿਆ ਤੇ ਜਿਹੜੇ ਹੱਥ ਵਿੱਚ ਪੱਥਰ ਫੜ ਕੇ ਰਾਜੇ ਦੇ ਧੁੰਦੂ ਦੈਂਤ ਮਾਰਨ ਲੱਗਾ ਸੀ ਚੰਦਰ ਹਾਂਸ ਸ਼੍ਰੀ ਸ਼੍ਰੀ ਸਾਹਿਬ ਕੱਢ ਕੇ ਮਿਆਨ ਚੋਂ ਰਾਜੇ ਨੇ ਬਲ ਦੇ ਨਾਲ ਉਹਦੇ ਹੱਥ ਤੇ ਮਾਰ ਕੇ ਹੱਥ ਹੀ ਵੱਢ ਦਿੱਤਾ ਨਾਲੋਂ ਬਾਂਹ ਦੇ ਤੇ ਉਸ ਪੱਥਰ ਦੀ ਸਿਲਾ ਦੇ ਸਮੇਤ ਹੀ ਧੁੰਦੂ ਦੈਂਤ ਦਾ ਹੱਥ ਧਰਤੀ ਤੇ ਡਿੱਗ ਪਿਆ ਵੱਢਿਆ ਗਿਆ ਜਦੋਂ ਕਿਰਪਾਨ ਦੇ ਵਾਰ ਨਾਲ ਹੱਥ ਵੱਢਿਆ ਜਾਣ ਕਰਕੇ ਧੁੰਦੂ ਦੈਂਤ ਹੋਰ ਕ੍ਰੋਧ ਗੁੱਸੇ ਵਿੱਚ ਹੋ ਗਿਆ ਲਾਲ ਪੀਲਾ ਹੋ ਆਇਆ ਤੇ ਜਿਹੜਾ ਉਹਦਾ ਦੂਸਰਾ ਹੱਥ ਹਜੇ ਸਲਾਮਤ ਸੀ ਦੁਤੀਏ ਹੱਥ ਕੇ ਤਲ ਕੋ ਮਾਰਾ ਤੇ ਦੂਸਰਾ ਆਪਣਾ ਜਿਹੜਾ ਹੱਥ ਹੈ ਜਿਹੜੀ ਤਲਵਾਰ ਦੇ ਨਾਲ
राजे ने हाथ वढ़िया सी ओ हाथ दी तली मारी दैंत ने उस राजे नू मारन वास्ते भी मैं अपने हाथ दी तली मार के इनू नप के खत्म कर दियां ते हैन सहत सारथ संघारा जो तली मरी ता राजा ता बच गया पर जेड़ा उदा रथ सी ते रथ नू चलाउण वाला जेड़ा रथी सी ड्राइवर सी ओ दैत ने रात दे समेत ही उनू मार दिता खत्म कर दिता बगावा पुन तूरन ही सैल बगावा जदों सार संगत रात दे समेत राजे दा रथी मार दिता दैत ने ते राजा धरती ते आ गया भाव के असवारी तो हीणा हो गया फिर बड़ी छेती दे नाल पहाड़ पकड़ करके उसे हाथ ना राजे दे उते मारन दा जतन कीता आपत निकट निरपत दृष्टावा ते जो राजे ने वेखिया भी दैंत फिर मेरे नेड़े हो रहा है मार कुलांच तजी तप सियंदन ते कहिंदे उसे वेले राजे ने बड़ी युक्ती वरती भी मार कुलांच तजी तप सियंदन साल मार के ते उस वेले गड्ढे तो रथ तो थले उतर आया शत्रु नू दैंत नू मारन वास्ते धरती ते आण के पदरे थां ते राजा अयोध्यापुरी दा खलो गया ते दूसरा जदों वार कीता है दैंत ने पहाड़ सुटिया जदों अपनी वलो तां राजे दे सुटिया राजा तो लंबे हो गया पर पहले वार नाल रथवाही मरिया हुण दूजे दैंत दे वार करके रथ चूर चूर हो गया चूरमा बन गया सारा ते राजे ने उसे वेले दौड़ करके दैंत नूं ललकारा मारिया मैं खड़ग कर जोर चलावा फिर कहिंदे दैंत नूं नेड़े आया जान के अपनी मार हेठां आया जान के राजे ने खड़ग कृपाण दा वार कीता उसर कर को काट गिरावा ते जिहड़ा दूसरा हाथ सी दैंत दा वी साध संगत कृपाण मार के कट के वढ के धरती ते सुट दिता इस तरह तुंदू दैत दे दोवें हाथ राजे ने वढ़ते जदों दोवां हाथां तों बिहीण हो गया हाथ ही कटे गए दोवां हाथां जो बड़ा खून सिमरिया बड़ा भयानक बड़ा इन्हे जेड़ा डरावना जिहा सरूप बनाया दैत ने ते जदों राजे ने दोवें हाथ वढ़ दिते इस दे ਤਾਂ ਹੁਣ ਹੱਥਾਂ ਦੇ ਨਾਲ ਤਾਂ ਵਾਰ ਕਰਨੋਂ ਰਹਿ ਗਿਆ ਨ੍ਰਿਪ ਪਰ ਮੁੱਖ ਪਸਾਰ ਕਰ ਆਇਓ ਬੜਾ ਵੱਡਾ ਮੂੰਹ ਸੀ ਦੈਂਤ ਦਾ ਰਾਜੇ ਦੇ ਉੱਤੇ ਆਪਣਾ ਮੁੱਖ ਪਸਾਰ ਕੇ ਮੂੰਹ ਅੱਡ ਕੇ ਆਇਆ ਵੀ ਉਹਨੂੰ ਮੈਂ ਅੰਦਰ ਹੀ ਖਿੱਚ ਕੇ ਨਗਾ ਕੇ ਮਾਰ ਦੇਵਾਂ ਬੱਜਰ ਪਾਤ ਕੇ ਸਮਗਰ ਜਾਇਓ ਸੋ ਇਸ ਪ੍ਰਕਾਰ ਦੇ ਨਾਲ ਬੱਜਰ ਦੇ ਪੈਣ ਦੇ ਵਾਂਗ ਜਿਵੇਂ ਬਿਜਲੀ ਪੈਂਦੀ ਹੈ ਇਸ ਪ੍ਰਕਾਰ ਦੇ ਨਾਲ ਗਰਜਿਆ ਹੈ ਜਿਵੇਂ ਬਿਜਲੀ ਗਰਜਦੀ ਐਵੇਂ ਜਦੋਂ ਗਰਜਦਾ ਹੋਇਆ ਮੂੰਹ ਅੱਡ ਕਰਕੇ ਦੈਂਤ ਰਾਜੇ ਵਾਲੇ ਪਾਸੇ ਨੂੰ ਆਇਆ ਤਾਂ ਰਾਜੇ ਨੇ ਵੀ ਫਿਰ ਬੜੀ ਫੁਰਤੀ ਕੀਤੀ ਅਦਭੁਤ ਧਨੁਸ਼ ਧਾਰ ਕੇ ਤੂਰਨ ਝਾਟੀ ਧਨੁਖ ਆਪਣੇ ਹੱਥਾਂ 'ਚ ਧਾਰਨ ਕਰਕੇ ਕਿਰਪਾਨ ਮਿਆਨ ਵਿੱਚ ਪਾ ਲਈ ਸ਼ਰਨ ਸਾਥ ਮੁਖ ਕੀਨ ਸਪੂਰਨ ਤੀਰ ਇੰਨੇ ਕੁ ਚਲਾਏ ਵੀ ਤੀਰ ਚਲਾ ਚਲਾ ਕੇ ਤੀਰਾਂ ਦੇ ਨਾਲ ਹੀ ਮੂੰਹ ਭਰ ਦਿੱਤਾ ਜਿਹੜਾ ਦੈਂਤ ਨੇ ਅੱਡਿਆ ਹੋਇਆ ਸੀ ਤੇ ਜਦੋਂ ਭਿਆਨਕ ਰੂਪ ਬਣਾ ਕੇ ਤੀਰਾਂ ਨਾਲ ਮੂੰਹ ਭਰਿਆ ਹੋਇਆ ਦੈਂਤ ਰਾਜੇ ਦੇ ਨੇੜੇ ਆਇਆ ਵਾਰ ਕਰਨ ਲਈ ਤੇ ਰਾਜਾ ਡਰਿਆ ਨੀ ਕੰਬਿਆ ਨੀ ਦ੍ਰਿੜ ਹੋ ਗਿਆ ਨਿਡਰਤਾ ਦੇ ਨਾਲ ਲੱਤਾਂ ਗੱਡ ਕੇ ਪੈਰ ਅੜਾ ਕੇ ਸਾਹਮਣੇ ਖਲੋਤਾ ਰਿਹਾ ਤੇ ਜਦੋਂ ਵੇਖਿਆ ਵੀ ਦੈਂਤ ਬਿਲਕੁਲ ਹੁਣ ਮੇਰੇ ਨੇੜੇ ਮਾਰ ਥੱਲੇ ਆਇਆ ਉਹੀ ਕਿਰਪਾਨ ਕੱਢ ਕੇ ਜਿਹਦੇ ਨਾਲ ਹੱਥ ਵੱਢੇ ਸਨ
ਕਿਰਪਾਨ ਦਾ ਵਾਰ ਕਰਕੇ ਧੁੰਦੂ ਦੈਂਤ ਦਾ ਜਿਹੜਾ ਸਿਰ ਵੜ ਦਿੱਤਾ ਧੌਣ ਦੇ ਨਾਲੋਂ ਗਿਰਿਓ ਮਹੀ ਤਲ ਮਹਿਦ ਸੋ ਖੇਤਾ। ਕਹਿੰਦੇ ਬਹੁਤਾ ਹੀ ਜ਼ਿਆਦਾ ਤੀਰਾਂ ਦੇ ਨਾਲ ਛਲਣੀ ਕੀਤਾ, ਕਿਰਪਾਨ ਦਾ ਵਾਰ ਕਰਕੇ ਵੱਢਿਆ ਹੋਇਆ ਇਹਦਾ ਸਿਰ ਧਰਤੀ ਦੇ ਦੁੱਖ ਦੇ ਸਹਿਤ ਡਿੱਗ ਪਿਆ। ਬਹੁਤਾ ਵੱਡਾ ਸਿਰ ਹੈ, ਦੁੱਖ ਦੇ ਸਹਿਤ ਧੁੰਦੂ ਦੈਂਤ ਦਾ ਧਰਤੀ ਦੇ ਡਿੱਗਾ ਹੈ। ਤੇ ਕਈ ਜਿਹੜੇ ਰਾਜੇ ਦੇ ਫੌਜ ਦੇ ਸਿਪਾਹੀ ਸਨ ਉਹ ਤਾਂ ਇਹ ਆਪਣਾ ਬਚਾਅ ਨਹੀਂ ਕਰ ਸਕੇ, ਉਹ ਦੈਂਤ ਦੇ ਸਿਰ ਥੱਲੇ ਹੀ ਆ ਕੇ ਦੱਬ ਕੇ ਮਰ ਗਏ। ਤੇ ਕਈ ਉਹਦੇ ਧੱਕਾ ਜਿਹਾ ਵੱਜਣ ਦੇ ਨਾਲ ਹੀ ਸਰੀਰ ਦੇ ਮਰ ਗਏ, ਸਿਰ ਥੱਲੇ ਸਰੀਰ ਥੱਲੇ ਆ ਕੇ ਮਰੇ, ਕੁਝ ਧੱਕਾ ਜਿਹਾ ਲੱਗਣ ਦੇ ਨਾਲ ਮਰ ਗਏ। ਇਸ ਪ੍ਰਕਾਰ ਜਬ ਧੁੰਦੂ ਮਾਰਾ, ਇਸ ਤਰ੍ਹਾਂ ਸਾਧ ਸੰਗਤ ਅਯੁੱਧਿਆਪੁਰੀ ਦੇ ਰਾਜੇ ਨੇ ਜਦੋਂ ਧੁੰਦੂ ਦੈਂਤ ਨੂੰ ਮਾਰ ਦਿੱਤਾ, ਤੇ ਉਸੇ ਵੇਲੇ ਸਾਰਾ ਆਕਾਸ਼ ਇਕਦਮ ਨਿਰਮਲ ਹੋ ਗਿਆ। ਜਿਹੜਾ ਧੂੜ ਘੱਟਾ ਮਿੱਟੀ ਦੇ ਨਾਲ ਭਰਿਆ ਸੀ ਉਹ ਸਾਰਾ ਹੀ ਆਸਮਾਨ ਇਕਦਮ ਨਿਰਮਲ ਤੇ ਸਾਫ ਹੋ ਗਿਆ। ਜਿਹੜਾ ਧੁੰਦੂ ਦੈਂਤ ਨੇ ਬੜਾ ਉਤਪਾਤ ਮਚਾਇਆ ਸੀ, ਬਹੁਤ ਹੀ ਲੋਕਾਂ ਨੂੰ, ਸੰਤਾਂ ਭਗਤਾਂ ਨੂੰ, ਰੱਬ ਦੇ ਪਿਆਰਿਆਂ ਨੂੰ ਤੰਗ ਕਰਦਾ ਸੀ। ਸਰਬ ਨਾਸ ਪੈ ਜਗ ਸੁਖ ਲਹਿ, ਉਹ ਸਾਰੇ ਉਤਪਾਦ ਦੇ ਦੈਂਤ ਦੇ ਮਰਨ ਦੇ ਨਾਲ ਹੀ ਖਤਮ ਹੋ ਗਏ। ਸਾਰੇ ਜਗਤ ਦੇ ਲੋਕਾਂ, ਸਾਧੂ ਮਹਾਤਮਾ ਨੇ ਮਾਨੋ ਵੀ ਸੁੱਖ ਮੰਨਿਆ ਉਸ ਵੇਲੇ ਦੈਂਤ ਦੇ ਮਰਨੇ ਤੇ। ਕਵੀ ਜੀ ਕਹਿੰਦੇ ਵੀ ਜਦੋਂ ਇਹ ਦੈਂਤ ਨੂੰ ਮਾਰਤਾ ਰਾਜੇ ਨੇ ਤਾਂ ਸਾਰੇ ਦੇਵ ਤੇ ਧੰਨਵਾਦ ਕਰਨ ਦੇ ਲਈ ਰਾਜੇ ਕੋਲ ਆਏ ਹਨ। ਆਸਿਖ ਗਾਏ, ਬੜੇ ਮਧੁਰ ਪਿਆਰੇ ਭਜਨ ਕਹਿ ਕਹਿ ਕੇ ਅਸੀਸਾਂ ਦਿੱਤੀਆਂ। ਹੇ ਰਾਜਨ ਤੂੰ ਧੰਨ ਹੈ, ਇਹ ਬੜਾ ਵੱਡਾ ਦੁਖਦਾਈ, ਲੋਕਾਂ ਨੂੰ ਸੰਤਾਂ ਨੂੰ ਦੁਖੀ ਦੇ ਕਰਨ ਵਾਲਾ, ਕੰਡੇ ਵਾਂਗ ਚੁੰਬਣ ਵਾਲਾ ਬਲੀ ਦੈਂਤ ਮਾਰਿਆ ਹੈ, ਧੰਨ ਹੈ ਤੇਰੇ। ਸਕਲ ਜਗਤ ਕੋ ਕੀਨ ਸੁਖਾਇਆ, ਇਹ ਦੈਂਤ ਮਾਰ ਕੇ ਤੂੰ ਸਾਰੇ ਜਗਤ ਨੂੰ ਸੁਖੀ ਕਰ ਦਿੱਤਾ ਹੈ। ਆਪਤੇ ਤੇਰੋ ਨਾਮ ਮਹਾਨ, ਦੇਵ ਤੇ ਕਹਿੰਦੇ ਹੁਣ ਤੋਂ ਤੇਰਾ ਬੜਾ ਮਹਾਨ ਨਾਮ ਸੰਸਾਰ ਚ ਪ੍ਰਗਟ ਹੋਵੇਗਾ। ਧੁੰਦ ਮਾਰ ਪ੍ਰਗਟ ਹੈ ਬਲਵਾਨਾ, ਧੁੰਦ ਮਾਰ ਰਾਜਾ ਕਿਆ ਕਰਨਗੇ ਸਾਰੇ, ਵੀ ਧੁੰਦ ਮਧ ਕੈਟਵ ਦੇ ਪੁੱਤਰ ਧੁੰਦੂ ਦੈਂਤ ਨੂੰ ਮਾਰਨ ਵਾਲਾ ਹੈ, ਅਯੁੱਧਿਆ ਦਾ ਪੁਰੀ ਦਾ ਰਾਜਾ, ਤੇ ਬੜਾ ਬਲੀ ਪ੍ਰਗਟ ਹੋਵੇਗਾ ਤੋਂ, ਤੇ ਸੰਸਾਰ ਦੇ ਲੋਕਾਂ ਚ ਬਹੁਤਾ ਹੀ ਜਸ ਤੇਰਾ ਹੋਵੇਗਾ। ਵੀ ਐਵੇਂ ਮਹਾਂਪੁਰਖਾਂ ਦਾ ਵਚਨ ਮੰਨ ਕੇ ਉਹ ਤੰਕ ਰਿਖੀ ਅਰਗਿਆਂ ਦਾ, ਤੇ ਲੋਕਾਂ ਨੂੰ ਸੁਖੀ ਕਰਨ ਦੇ ਲਈ ਸੰਤਾਂ ਭਗਤਾਂ ਨੂੰ ਦੈਂਤ ਨੂੰ ਤੂੰ ਮਾਰਿਆ, ਐਵੇਂ ਲੋਕ ਤੇਰੀ ਵਡਿਆਈ ਕਰਿਆ ਕਰਨਗੇ। ਤੇ ਜਿਹੜੇ ਤਿੰਨ ਪੁੱਤਰ ਹੈ ਰਾਜਨ ਤੇਰੇ ਜੰਗ ਵਿੱਚ ਬਚ ਗਏ ਹਨ ਮਰਨ ਤੋਂ, ਉਹਨਾਂ ਤੋਂ ਦੇਵ ਦੇ ਕਹਿੰਦੇ ਤੇਰਾ ਵੰਸ਼ ਪਰਿਵਾਰ ਅੱਗੇ ਤੋਂ ਅੱਗੇ ਬਹੁਤਾ ਵੱਡਾ ਟੱਬਰ ਕਬੀਲਾ ਚੱਲ ਪਵੇਗਾ। ਤੇਰੇ ਖਾਨਦਾਨ ਵਿੱਚ ਹੀ ਉਸ ਧੁੰਦੂ ਮਾਰ ਰਾਜੇ ਨੂੰ ਦੇਵ ਦੇ ਕਹਿੰਦੇ ਹੈ ਵੀ ਤੇਰੀ ਕੁੱਲ ਦੇ ਵਿੱਚ ਹੀ ਅਯੁੱਧਿਆਪੁਰੀ ਦੇ ਅੰਦਰ ਰਾਮ ਚੰਦ ਬੜਾ ਭਾਰੀ ਬਲ ਵਾਲਾ ਅਵਤਾਰ ਹੋਵੇਗਾ। ਤਾਂ ਜੋ ਵਿਸ਼ਨੂੰ ਦਾ ਅਵਤਾਰ ਹੋਏਗਾ ਤ੍ਰੇਤੇ ਯੁਗ ਅੰਦਰ, ਉਦਾਰਾ ਪ੍ਰਵਿਸ਼ਿਓ ਤਾਵ ਤਨ ਮਹਿ ਜੋ ਉਦਾਰਾ, ਜਿਹੜਾ ਪ੍ਰਗਟ ਹੀ ਤੇਰੇ ਸਰੀਰ ਵਿੱਚ ਇਸ ਦੈਂਤ ਨੂੰ ਮਾਰਨ ਲਈ ਪ੍ਰਵੇਸ਼ ਕੀਤਾ, ਜਿਹਨੇ ਆਪਣੀ ਤਾਕਤ ਤੇਰੇ ਸਰੀਰ ਵਿੱਚ ਪਾਈ ਹੈ, ਉਹੀ ਰਾਮ ਚੰਦਰ ਦਾ ਰੂਪ ਹੋ ਕੇ ਤੇਰੀ ਕੁੱਲ ਵਿੱਚ ਆਵੇਗਾ। ਜਿਸ ਪਰਮੇਸ਼ਰ ਦੇ ਬਲ ਨੂੰ ਤਾਕਤ ਨੂੰ ਹੁਣ ਪਾ ਕਰਕੇ ਵੱਡੇ ਸਰੀਰ ਵਾਲਾ ਦੈਂਤ ਜੋ ਤੂੰ ਮਾਰਿਆ ਖਤਮ ਕੀਤਾ ਹੈ। ਇਸ ਤਰ੍ਹਾਂ ਜਦੋਂ ਧੁੰਦੂ ਦੈਂਤ ਮਾਰਿਆ ਗਿਆ, ਦੇਵ ਤੇ
ਜਿਹੜੇ ਸਨ ਉਹ ਧੁੰਦ ਮਾਰ ਅਯੁੱਧਿਆ ਪੁਰੀ ਦੇ ਰਾਜੇ ਦੀ ਮਹਿਮਾ ਕਰਕੇ ਵਾਪਸ ਚਲੇ ਗਏ। ਉਪਤ ਗਇਓ ਆਪਣ ਭਵਨੇ, ਰਾਜਾ ਆਪਣੇ ਭਵਨ ਅਯੁੱਧਿਆ ਨਗਰੀ ਦੇ ਵਿੱਚ ਵਾਪਸ ਘਰ ਵਿੱਚ ਚਲਾ ਗਿਆ। ਆਪਤੇ ਧੁੰਦ ਮਾਰ ਇਹ ਨਾਮ, ਕਵੀ ਜੀ ਕਹਿੰਦੇ ਉਸ ਸਮੇਂ ਤੋਂ ਇਸ ਦਾ ਰਾਜੇ ਦਾ ਨਾਮ ਹੀ ਧੁੰਦ ਮਾਰ ਪੈ ਗਿਆ। ਜਗ ਮਹਿ ਬਦਤ ਭਇਓ ਅਭਿਰਾਮ, ਜਗ ਮਹਿ ਬਿਦਤ ਭਇਓ ਅਭਿਰਾਮ, ਜਗਤ ਵਿੱਚ ਬੜਾ ਹੀ ਸੋਹਣਾ ਸੁੰਦਰ ਨਾਮ ਇਹ ਪ੍ਰਗਟ ਹੋਇਆ ਰਾਜੇ ਦਾ। ਰਾਮਾਇਣ ਆਦਿਕ ਇਤਿਹਾਸ, ਕਵੀ ਜੀ ਕਹਿੰਦੇ ਰਮਾਇਣ ਆਦਿਕ ਦਾ ਜਿਹੜਾ ਇਤਿਹਾਸ ਲਿਖਿਆ ਹੈ, ਕਥਾ ਹੈ ਜੋ ਰਮਾਇਣ ਦੀ, ਲਖਿਓ ਨਾਮ ਤਹਿ ਕਮਲ ਪ੍ਰਕਾਸ਼, ਕਵੀਆਂ ਨੇ ਉਹਦੇ ਵਿੱਚ ਇਸ ਰਾਜੇ ਦਾ ਨਾਮ ਇਵੇਂ ਧੁੰਦ ਮਾਰ ਕਰਕੇ ਪ੍ਰਕਾਸ਼ ਰੂਪ ਦੇ ਵਿੱਚ ਪ੍ਰਗਟ ਪ੍ਰਤਾਖੀ ਲਿਖਿਆ ਹੈ। ਇਹ ਸਭ ਕਥਾ ਗੁਰੂ ਹਰਿ ਰਾਏ, ਸੋ ਇਸ ਪ੍ਰਕਾਰ ਨਾਲ ਇਹ ਜਿਹੜੀ ਕਥਾ ਕਵੀ ਜੀ ਨੇ ਕਹੀ ਹੈ ਨਾ, ਇਹ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ ਸੰਗਤ ਨੂੰ ਸੁਣਾ ਰਹੇ ਨੇ। ਸਭ ਸੰਗਤ ਕੋ ਤਈ ਸੁਣਾਏ, ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਦੱਸਿਆ ਵੀ ਵੇਖੋ ਵੀ ਪਰਮੇਸ਼ਰ ਦੁਸ਼ਟਾਂ ਨੂੰ ਮਾਰਨ ਦੇ ਲਈ ਸੰਤਾਂ ਭਗਤਾਂ ਦੀ ਕਲਿਆਣ ਵਾਸਤੇ ਆਪ ਸਹਾਈ ਹੁੰਦਾ। ਗੁਰੂ ਹਰਿ ਸਾਹਿਬ ਨੇ ਤਾਂ ਟੂਕ ਮਾਤਰ ਕਿਹਾ ਸੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਨੇਕਾਂ ਟੂਕ ਮਾਤਰ ਪ੍ਰਮਾਣ ਆਉਂਦੇ ਹਨ, ਇਸੇ ਪ੍ਰਕਾਰ ਗੁਰੂ ਹਰਿ ਸਾਹਿਬ ਨੇ ਕਿਹਾ। ਪਰ ਕਵੀ ਜੀ ਉਹ ਕਥਾ ਸਾਰੀ ਜਾਣਦੇ ਸਨ ਜਿਹਦੇ ਬਾਰੇ ਗੁਰੂ ਹਰਿ ਸਾਹਿਬ ਨੇ ਇਸ਼ਾਰਾ ਕੀਤਾ। ਕਵੀ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰਾ ਪ੍ਰਸੰਗ ਹੀ ਵਿਸਥਾਰ ਦੇ ਨਾਲ ਕਹਿ ਦਿੱਤਾ ਏ। ਵੇਖੋ ਬਈ, ਪਰਮੇਸ਼ਰ ਨੇ ਸੰਤਾਂ ਦੇ ਉਧਾਰ ਵਾਸਤੇ ਕਿਸੇ ਦੇ ਸਰੀਰ 'ਚ ਪ੍ਰਵੇਸ਼ ਹੋ ਕੇ ਦੁਸ਼ਟ ਨੂੰ ਮਾਰਿਆ ਤਾਂ ਆਪ ਹੈ, ਪਰ ਵਡਿਆਈ ਕਿਸੇ ਹੋਰ ਦੀ ਕਰਾਈ ਹੈ। ਇਤਿਹਾਦਕ ਲਖ ਪ੍ਰਭ ਵਡਿਆਈ, ਪ੍ਰਭੂ ਦੀ ਇਸ ਤਰ੍ਹਾਂ ਸਤਵੇਂ ਪਾਤਸ਼ਾਹ ਕਹਿੰਦੇ ਗੁਰਸਿੱਖੋ ਵਡਿਆਈ ਜਾਣਨਾ ਕਰੋ। ਮਾਲਕ ਦਾ ਜਿਹੜਾ ਬਣ ਜਾਂਦਾ ਮਾਲਕ, ਫਿਰ ਉਹਨਾਂ ਨੂੰ ਸੁੱਖ ਦੇਣ ਲਈ ਆਪ ਸਹਾਈ ਹੁੰਦਾ ਏ। ਨਾਮ ਹੋਏ ਅੰਤ ਸਹਾਈ, ਜੇ ਪਰਮੇਸ਼ਰ ਦੀਆਂ ਬਖਸ਼ਾਂ ਲੈਣੀਆਂ ਉਹਦਾ ਨਾਮ ਜਪੋ, ਹਰ ਵੇਲੇ ਉਹੀ ਸਹਾਈ ਹੁੰਦਾ, ਅੰਤ ਨੂੰ ਵੀ ਉਹੀ ਸਹਾਈ ਹੋਵੇਗਾ। ਜਨਮ ਮਰਨ ਤੇ ਛੁੱਟ ਹੋ ਫੇਰ, ਗੁਰੂ ਹਰਿ ਸਾਹਿਬ ਕਹਿੰਦੇ ਜੇ ਨਾਮ ਜਪੋਗੇ ਫਿਰ ਜੰਮਣ ਮਰਨ ਤੋਂ ਛੁੱਟ ਜਾਵੋਗੇ। ਅਵਚਲ ਪਦਵੀ ਲਿਹੋ ਵਡੇਰ, ਵਡੇਰ ਅਵਚਲ ਪਦਵੀ ਲਿਹੋ ਵਡੇਰ, ਤੇ ਵੱਡੀ ਅਵਚਲ ਅਚਲ, ਚੱਲਣ ਤੋਂ ਡੋਲਣ ਤੋਂ ਨਾਸ ਤੋਂ ਰਹਿਤ ਜਿਹੜੀ ਪਦਵੀ ਹੈ, ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਜੋ ਪਦਵੀ ਹੈ ਉਹ ਪ੍ਰਾਪਤ ਕਰ ਲਵੋਗੇ। ਪ੍ਰਾਪਤ ਹੋਵੇਗੀ ਕਿਵੇਂ, ਜੇ ਕਹਾਂਗੇ ਵਾਹਿਗੁਰੂ 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 ਵਾਹਿ
ਵਾਹਿਗੁਰੂ 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 ਇਹ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਪਰਮੇਸ਼ੁਰ ਦਾ ਨਾਮ ਸੁਖਾਂ ਦਾ ਸਮੁੰਦਰ ਹੈ ਇਹ ਜਪ ਕੇ ਗੁਰੂ ਹਰਿ ਸਾਹਿਬ ਕਹਿੰਦੇ ਵਡਿਆਈ ਪਾਵੋਗੇ ਇਹ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਅੰਦਰ ਗੁਰੂ ਸਾਹਿਬ ਮਹਾਰਾਜ ਵੱਲੋਂ ਸੰਗਤ ਨੂੰ ਦਿੱਤੀ ਹੋਈ ਸਿੱਖਿਆ ਉਹਨੂੰ ਖੋਲ੍ਹ ਕੇ ਸਮਝਾਉਣ ਦੇ ਲਈ ਪੁਰਾਣ ਦੀ ਕਥਾ ਜਿਹੜੀ ਆ ਖੋਲ੍ਹ ਕੇ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਪੁਰਾਣੇ ਮਿਥਿਹਾਸ ਦੇ ਪ੍ਰਸੰਗ ਕਹੇ ਨੇ ਵਿਚਾਰ ਕਰਦਿਆਂ ਅਖਰ ਵਾਧਾ ਘਾਟਾ ਹੋਈ ਭੁੱਲ ਚੁੱਕ ਮੁਆਫ ਕਰਨੀ ਗੁਰੂ ਸਾਹਿਬ ਸੰਗਤ ਸਦਾ ਹੀ ਬਖਸ਼ਣਹਾਰ ਹਨ ਇਤਿਆਦਕ ਲਖ ਪ੍ਰਭ ਵਡਿਆਈ ਜਪੋ ਨਾਮ ਹੋਏ ਅੰਤ ਸਹਾਈ ਜਨਮ ਮਰਨ ਤੇ ਛੁਟੋ ਫੇਰ ਅਵ ਚਲ ਪਦਵੀ ਲਿਓ ਵਡੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰਾਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਲ ਆਏ ਪ੍ਰਭ ਸ਼ਰਣ ਆਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ।